ਇਕੋरां ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਵਾਲੀਆ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ਾ ਟੀਵੀ ਪ੍ਰਾਈਮੇਸ਼ਾ ਟੀਵੀ ਦੇ ਇਸ ਪ੍ਰੋਗਰਾਮ ਨੂੰ ਤੁਸੀਂ ਬਹੁਤ ਪਿਆਰ ਦਿੰਨੇ ਹੋ ਤੁਹਾਡੀਆਂ ਇਨਾਂ ਹਲਾਸ਼ੇਰੀਆਂ ਦਾ ਕਰਕੇ ਹਰ ਰੋਜ਼ ਕੋਸ਼ਿਸ਼ ਕਰੀਦੀ ਹੈ ਕਿ ਕੁਝ ਨਾ ਕੁਝ ਹੋਰ ਅੱਛਾ ਸੀ ਕਰੀਏ ਤੁਹਾਡੇ ਲਈ ਦੇਖੋ ਖਬਰਾਂ ਦੀਆਂ ਖਬਰਾਂ ਗੱਲਾਂ ਦੀਆਂ ਗੱਲਾਂ ਇਸ ਤੋਂ ਵਧੀਆ ਹੋਰ ਦੱਸੋ ਕੀ ਹੋ ਸਕਦਾ ਨਾਲ ਆਪਣੇ ਵੀਰ ਪਰਮੀਰ ਬਾਠੂਰੀ ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ ਠੀਕ ਠਾਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਹਿ ਜਾ ਬਹਿ ਜਾ ਹਾਂਜੀ ਹਾਲ ਦੀ ਘੜੀ ਠੀਕ ਹੈ ਕੀ ਵਧੀਆ ਇਹ ਹਾਲ ਦੀ ਘੜੀ ਠੀਕ ਹੈ ਤੇ ਫਿਰ ਬਾਕੀ ਕਮਰਿਆਂ ਦੀਆਂ ਘੜੀਆਂ ਨੂੰ ਕੋਈ ਨੁਕਸ ਹੈ ਨਹੀਂ ਉਹ ਨੁਕਸ ਨਹੀਂ ਕਮਰਿਆਂ ਦੀਆਂ ਘੜੀਆਂ ਹੁਣ ਦੇਖਦਾ ਕੌਣ ਆ ਕਿਉਂਕਿ ਮੋਬਾਈਲ ਤੇ ਤਾਂ ਨਿਗਾਹ ਰਹਿੰਦੀ ਆ ਟਾਈਮ ਦੀ ਇੱਕੋ ਘੜੀ ਹਾਲ ਚੀ ਲਾਈ ਗੱਲ ਆ WhatsApp ਵੀ ਘੜੀ ਬਦਲਦੇ ਆ ਕਿਹੜਾ ਪਤਾ ਲੱਗਦਾ ਹੁਣ ਅਫਗਾਨਿਸਤਾਨ ਵਾਲਿਆਂ ਕਦੀ ਸੋਚਿਆ ਹੋਊਗਾ ਵੀ ਸਾਡੀਆਂ ਘੜੀਆਂ ਇਦਾਂ ਬਦਲ ਜਾਣੀਆਂ ਕਿਤੇ ਇਹ ਮੈਨੂੰ ਲੱਗਦਾ ਸਭ ਤੋਂ ਵੱਡਾ ਸਵਾਲ ਹੀ ਇਹ ਹੈ ਉਹਨਾਂ ਦੀਆਂ ਘੜੀਆਂ ਦੇ ਵਿੱਚੋਂ ਮੈਨੂੰ ਲੱਗਦਾ ਕਿ ਪਹਿਲਾਂ ਰੂਸ ਵਾਲੇ ਸੈੱਲ ਕੱਢ ਕੇ ਲੈ ਗਏ ਸੀ ਬਾਹਰ ਵਿਚੋਂ ਅਮਰੀਕਾ ਵਾਲੇ ਕਹਿੰਦੇ ਕਿ ਭਾਈ ਤੁਸੀਂ ਚਾਬੀ ਦੇਗੇ ਜਲਾਉਣੇ ਚਾਬੀ ਕੱਢ ਲੈਣੀ ਆ ਬਾਹਰਲੇ ਪਾਸੇ ਜਿਹੜਾ ਬੰਦਾ ਤੋੜ ਕੇ ਲੈ ਆਵੇ ਜਿਹਨੂੰ ਨੌ ਕੱਢ ਕੇ ਬਾਹਰ ਨੂੰ ਕਰਕੇ ਮੁੜ ਕੇ ਚਾਬੀ ਦੇਈ ਦੀ ਜਾਂ ਟਾਈਮ ਸੈੱਟ ਕਰਾਉਂਦੇ ਟਿਮਰੀ ਜੀ ਹਾਂ ਟਿਮਰੀ ਜੀ ਉਹ ਸਾਰੀ ਪ੍ਰਕਿਰਿਆ ਜਿਹੜੀ ਹੈ ਉੱਥੇ ਤੈਸਨਸ ਹੋ ਗਈ ਇਹ ਬੜੀ ਅਜੀਬ ਸਥਿਤੀ ਆ ਸੰਧਾਲੀਆ ਸਾਹਿਬ ਕਿ ਸਾਨੂੰ ਇਹ ਦਿਨ ਦੇਖਣੇ ਪਏ ਕਿ ਲੋਕ ਸਾਰਾ ਕੁਸ਼ੀ ਘਰ ਛੱਡ ਛੜਾ ਕੇ ਤੁਸੀਂ ਦੇਖੋ ਕਿ ਅਸੀਂ ਕਿੱਦਾਂ ਦੀ ਡਿਵੈਲਪਮੈਂਟ ਕੀਤੀ ਹੈ ਦੁਨੀਆ ਤੇ ਇੱਕ ਪਾਸੇ ਤੇ ਕਹਿੰਦੇ ਉਹ ਜਿਹੜਾ ਸਮਾਨ ਸਮੂ ਜਮਾ ਕਰਾਉਣਾ ਚੈੱਕ ਇਨ ਘਰੋਂ ਹੀ ਕਰ ਲਾ ਆਨਲਾਈਨ ਹੂੰ ਬੋਰਡਿੰਗ ਪਾਸ ਅਸੀਂ ਤਾਂ ਘਰੇ ਪ੍ਰਿੰਟ ਕਰ ਲੈਂਦੇ ਆ ਉੱਥੇ ਕਾਹ ਤੋਂ ਉੱਥੇ ਵੀ ਸਮਾਂ ਨਹੀਂ ਲੱਗਦਾ ਬਹੁਤਾ ਅਸੀਂ ਪ੍ਰਾਇੋਰਟੀ ਦੇ ਵਿੱਚ ਹੀ ਫਿਰ ਟਿਕਟਾਂ ਬੁੱਕ ਕਰਾ ਲੀਦੀਆਂ ਉੱਥੇ ਫਿਰ ਲਾਈਨ 'ਚ ਨਹੀਂ ਲੱਗਣਾ ਪੈਂਦਾ ਸਮਾਨ ਉਹ ਪਹਿਲਾਂ ਹੀ ਲੈ ਲੈਂਦੇ ਆ ਕੋਈ ਬੰਦਾ ਕਹਿੰਦਾ ਜੀ ਬਿਜ਼ਨਸ ਕਲਾਸ ਦੇ ਵਿੱਚ ਹੀ ਸਫ਼ਰ ਕਰੀਦਾ ਕਾਹਦੇ ਲਈ ਉਹ ਇਸ ਕਰਕੇ ਕਿ ਭਾਈ ਉੱਥੇ ਥੋੜੀਆਂ ਸੀਟਾਂ ਖੁੱਲੀਆਂ ਹੁੰਦੀਆਂ ਖਾਣ ਪੀਣ ਨੂੰ ਠੀਕ ਮਿਲਦਾ ਸੇਵਾ ਭਾਵ ਬਹੁਤ ਹੁੰਦਾ ਇੱਕ ਪਾਸੇ ਤਾਂ ਅ ਲੋਕਾਂ ਨੇ ਆਪਣੇ ਨਿੱਜੀ ਬੀਜਹਾਜ ਰੱਖ ਲੈ ਆਉਣ ਜਾਣ ਨੂੰ ਹੈਲੀਕਾਪਟਰ ਰੱਖ ਲੈ ਦੂਸਰੇ ਪਾਸੇ ਦੁਨੀਆ ਦੇ ਵਿੱਚ ਅੱਜ ਜਦੋਂ ਅਸੀਂ ਸਾਹ ਲੈਨੇ ਆ ਇੱਕ ਇੱਕ ਦੇ ਸੈਸ਼ਾ ਐਸਾ ਦੇਸ਼ ਹੈ ਜਿੱਥੇ ਲੋਕ ਭੱਜ ਭੱਜ ਕੇ ਕਾਬਲ ਦੇ 에ਰਪੋਰਟ ਨੂੰ ਜਾਂਦੇ ਆ ਉੱਥੇ ਜਾ ਕੇ ਕਿਹੜੇ ਦੇਸ਼ ਦਾ ਜਹਾਜ਼ ਉੱਥੇ ਉਤਰਿਆ ਉਹਨੇ ਕਦੋਂ ਜਾਣਾ ਕੁਛ ਨਹੀਂ ਪੁੱਛਦੇ ਬਸ ਕੋਈ ਪੂਛ ਨੂੰ ਫੜ ਰਿੰਦਾ ਕੋ ਟਾਇਰ ਨੂੰ ਫੜ ਲੈਂਦਾ ਕੋ ਅੰਦਰ ਵੜਨਾ ਸ਼ੁਰੂ ਹੋ ਜਾਂਦਾ ਅਗਲੇ ਲੱਤਾਂ ਮਾਰਦੇ ਆ ਇਹ ਨਹੀਂ ਕੋਈ ਦੇਖਦਾ ਕਿ ਇਹਨੇ ਭਾਰਤ ਜਾਣਾ ਪਾਕਿਸਤਾਨ ਜਾਣਾ ਅਮਰੀਕਾ ਜਾਣਾ ਕੈਨੇਡਾ ਕਿੰਦੇ ਬਸ ਇੱਥੋਂ ਲੈ ਚਲੋ ਦੇਖੋ ਇਹ ਵਾਕਏ ਬੜੀ ਤਰਾਸਦੀ ਆ ਮੈਨੂੰ ਨਾ ਉਹ ਜਦੋਂ ਦੀ ਮੈਂ ਉਹ ਵੀਡੀਓ ਦੇਖੀ ਤੇ ਉਹ ਪਤਾ ਲੱਗਿਆ ਉਹਦਾ ਮਤਲਬ ਇੰਨਾ ਮੈਂ ਤੁਸੀਂ ਇਮੇਜਿਨ ਕਰਕੇ ਦੇਖੋ ਵੀ ਆਮ ਤੌਰ ਤੇ ਜਦੋਂ ਜਹਾਜ਼ ਕਿਤੇ ਜਾਂਦਾ ਹੋਵੇ ਨਾ ਬੰਦਾ ਤੇ ਜਹਾਜ਼ ਮੜਾ ਜਾਂ ਕੋ ਜਦੋਂ ਕਹਿੰਦੇ ਟਰਬੂਲੈਂਸ ਆ ਗਿਆ ਤੇ ਥੋੜਾ ਸੀਟ ਬੈਲਟ ਬਾੰਦ ਲੈ ਉਹ ਮੜਾ ਜਾਂ ਐ ਕਰਦਾ ਤੇ ਉਦੋਂ ਹੀ ਬੰਦਾ ਧੰਗ ਗੁਰੂ ਬਾਗਰੂ ਕਰਦਾ ਜੀ ਵੀ ਇਹ ਕਿਤੇ ਡੇਗ ਨਾ ਪਾਵਾਂ ਉਹਨੂੰ ਉਹ ਉਹ ਵਿਚਾਰੇ ਮੌਤ ਤੋਂ ਡਰਦੇ ਭੱਜੇ ਹੁਣ ਦੇਖੋ ਪਹਿਲੀ ਗੱਲ ਤੇ ਵੀ ਉਹ ਕਿੰਨੇ ਸਾਦੇ ਬੰਦੇ ਸਨ ਉਹਨੂੰ ਇਹ ਵੀ ਨਹੀਂ ਪਤਾ ਵੀ ਇਹ ਜਹਾਜ਼ ਹੈ ਇਹਦੇ ਚ ਕਿਹੜਾ ਥਾਂ ਕਿਹੜਾ ਖਾਣਾ ਸੀ ਕਿੱਥੇ ਵੜ ਕੇ ਬਹਿ ਜਾਈਏ ਉਹਨਾਂ ਨੇ ਆਪਣੇ ਲੋ ਇਹ ਹਿਸਾਬ ਲਾਇਆ ਹੋਣਾ ਵੀ ਓਕੇ ਓਕੇ ਆਹ ਥਾਂ ਹੈਗਾ ਹੀ ਆ ਜਾ ਆ ਜਾ ਇੱਥੇ ਲੁੱਕ ਜਲੀ ਆਪਾਂ ਹੁਣ ਟਾਇਰ ਜਿੱਥੇ ਖੁੱਲਦੇ ਤੇ ਨਿਕਲਦੇ ਆ ਉਸ ਖਾਣੇ ਚ ਕਹਿੰਦੇ ਵੜ ਕੇ ਬੰਦੇ ਅੜ ਕੇ ਬਹਿ ਗਏ ਵੀ ਉੱਪਰ ਤਾਂ ਹੁਣ ਵੜਿਆ ਨਹੀਂ ਜਾਂਦਾ ਬਾਰੀਆਂ ਵੀ ਬੰਦ ਕਰ ਲੀਆਂ ਤੇ ਸੀਟਾਂ ਦੇ ਵਿੱਚ ਜਿਹੜੀ ਥਾਂ ਲੋਕ ਕਹਿੰਦੇ ਉਹਨਾਂ ਦੇ ਵਿੱਚੋਂਕੜੀਆਂ ਮਾਰ ਮਾਰ ਬਹਿ ਗਏ ਵੀ ਅਸੀਂ ਤਾਂ ਨਹੀਂ ਉਤਰਨਾ ਹੁਣ ਸਾਨੂੰ ਲੈ ਜਾਓ ਹੁ ਉਦੋਂ ਉਹਨਾਂ ਨੇ ਇੱਕ ਵਾਰ ਸੋਚਿਆ ਹੋਊਗਾ ਕਿ ਲੈ ਵੀ ਉੱਡ ਗਏ ਤੇ ਜਦੋਂ ਥੋੜੀ ਦੇਰ ਬਾਅਦ ਜਿੱਥੇ ਉਹ ਵਿਚਾਰੇ ਬੈਠੇ ਸੀ ਉਹ ਬਾਹਰੀਆਂ ਖੋਲੀਆਂ ਦੁਬਾਰਾ ਯਾਹਾਂ ਭਾਈ ਸਾਹਿਬ ਉਹ ਟਾਇਰ ਵਿੱਚ ਵੜਨੇ ਆ ਤੇ ਉਦੋਂ ਬਾਅਦ ਉਹ ਵਿਚਾਰੇ ਜ਼ਮੀਨ ਤੇ ਜਾ ਪਏ ਇਹ ਮੈਨੂੰ ਲੱਗਦਾ ਕਿ ਉਹ ਵੀਡੀਓ ਜਿਹੜੀਆਂ ਚੱਲੀਆਂ ਨਾ ਸੰਧਾਲੀਆ ਸਾਹਿਬ ਉਹ ਸਾਡੀ ਤਰਾਸਦੀ ਹੈ ਅੱਜ ਇੱਕ ਬਹੁਤ ਵੱਡਾ ਸਵਾਲ ਹੈ ਕਿ ਤਾਲਿਬਾਨ ਨੇ ਉੱਥੇ ਕਬਜ਼ਾ ਕਰ ਲਿਆ ਜੀ ਉੱਥੇ ਲੋਕਾਂ ਦੇ ਉੱਤੇ ਸਖਤੀ ਕੀਤੀ ਜੋ ਸਖਤੀ ਉਹਨਾਂ ਨੇ ਆਪਣੇ ਪਿਛਲੇ ਰਾਜ ਚ ਬਹੁਤ ਕੀਤੀ ਸੀ ਜਿਹੜੇ ਵੀ ਲੋਕ ਇਹ ਤੌਖਲਾ ਪ੍ਰਗਟ ਕਰਦੇ ਆ ਠੀਕ ਤੌਖਲਾ ਪ੍ਰਗਟ ਕਰਦੇ ਆ ਕਿ ਸਖਤੀ ਨਾ ਤੁਸੀਂ ਲੋਕਾਂ ਨੂੰ ਕੱਪੜੇ ਉਹ ਕਿਹੜੇ ਪਾਉਣਾ ਚਾਹੁੰਦੇ ਉਹਨਾਂ ਦੇ ਉੱਤੇ ਰਹਿਣ ਦਿਓ ਖਾਣਾ ਕੀ ਚਾਹੁੰਦੇ ਉਹਨਾਂ ਦੇ ਉੱਤੇ ਰਹਿਣ ਦਿਓ ਬੱਚੀਆਂ ਨੂੰ ਔਰਤਾਂ ਨੂੰ ਸਕੂਲ ਜਾਣ ਦਿਓ ਕੰਮ ਤੇ ਜਾਣ ਦੀ ਆਗਿਆ ਦਿਓ ਅਖਬਾਰਾਂ ਛਪਣ ਦਿਓ ਮੀਡੀਆ ਨੂੰ ਚੱਲਣ ਦਿਓ ਸਾਰੀ ਦੁਨੀਆ 'ਚ ਇਦਾਂ ਚਾਹੀਦਾ ਜਾਨੀ ਕਿ ਸਰਕਾਰ ਜੇ ਅਸ਼ਰਫ ਗਨੀ ਭੱਜਿਆ ਅਸ਼ਰਫ ਗਨੀ ਕਿਹੜਾ ਦੁੱਧ ਦਾ ਤੋਤਾ ਸੀ ਰੂਸ ਵਾਲਿਆਂ ਦੀ ਐਮਬੈਸੀ ਦੇ ਵਿੱਚੋਂ ਇਹ ਸੂਚਨਾਮਾ ਆਈਆਂ ਕਹਿੰਦੇ ਜੀ ਇਹ ਤਿੰਨ ਚਾਰ ਗੱਡੀਆਂ ਨਾਲ ਲੈ ਗਿਆ ਜਦੋਂ ਦੇਸ਼ 'ਚੋਂ ਭੱਜਿਆ ਹੈਲੀਕਾਪਟਰ ਦੇ ਵਿੱਚ ਰੁਪਈਏ ਭਰ ਕੇ ਲੈ ਗਿਆ ਡਾਲਰ 50 ਲੱਖ ਡਾਲਰ ਫਿਰ ਵੀ 에ਰਪੋਰਟ ਤੇ ਛੱਡ ਗਿਆ ਕਿਉਂਕਿ ਉਹ ਜਹਾਜ਼ ਹੈਲੀਕਾਪਟਰ ਦੇ ਵਿੱਚ ਰੱਖ ਨਹੀਂ ਸੀ ਹੋਏ ਹੂੰ ਉਹਨੇ ਥਾਮਾ ਤੇ ਉਹ ਕੁਝ ਲੋਕਾਂ ਨੂੰ ਲਿਜਾ ਸਕਦਾ ਸੀ ਕੁਝ ਉਹਦੇ ਆਪਣੇ ਖਾਸਮ ਖਾਸ ਵੀ ਹੋਣੇ ਆ ਕੋ ਨੂੰ ਰੋਟੀ ਪਕਾ ਕੇ ਦਿੰਦਾ ਹੋਣਾ ਕੋਈ ਉਹਦੇ ਕੱਪੜੇ ਪ੍ਰੈਸ ਕਰਕੇ ਦਿੰਦਾ ਹੋਣਾ ਰਾਸ਼ਟਰਪਤੀ ਜਰਨਲ ਇਦਾਂ ਨਹੀਂ ਭੱਜਦੇ ਅੱਜ ਉੱਥੇ ਜਾ ਕੇ ਪਤਾ ਨਹੀਂ ਕਿੱਥੇ ਬੈਠਾ ਬਿਆਨ ਦੇ ਜਾਂਦਾ ਮੈਂ ਜੇ ਉੱਥੇ ਰਹਿੰਦਾ ਖੂਨ ਖਰਾਬਾ ਬਹਾ ਹੋਣਾ ਹੀ ਖੂਨ ਖਰਾਬਾ ਨਹੀਂ ਸੀ ਹੋਣਾ ਤੇਰਾ ਨੁਕਸਾਨ ਭਾਵੇਂ ਕੁਝ ਹੋ ਜਾਂਦਾ ਫਿਰ ਹੋ ਸਕਦਾ ਕਿ ਉਹਨਾਂ ਦਾ ਗੁੱਸਾ ਠੰਡਾ ਹੋ ਜਾਂਦਾ ਤੇ ਹੋਰ ਕਿਸੇ ਦਾ ਨੁਕਸਾਨ ਨਾ ਹੀ ਕਰਦੇ ਕਿ ਭਾਈ ਉਹ ਬੰਦਾ ਹੱਥ ਆ ਗਈ ਨਹੀਂ ਉਹ ਮਤਲਬ ਉਹ ਖੂਨ ਖਰਾਬੇ ਦੀ ਗੱਲ ਕਰ ਰਿਹਾ ਸੀ ਸਹੀ ਸੀ ਉਹਦੀ ਉਹ ਗੱਲ ਇਹ ਦੱਸਣੀ ਭੁੱਲ ਗਿਆ ਵੀ ਖੂਨ ਖਰਾਬਾ ਹੋਣਾ ਕਿਹਦਾ ਹੈ ਕਿਉਂਕਿ ਜੇ ਆਪਾਂ ਪਿਛਲੇ ਰਿਕਾਰਡ ਦੀ ਗੱਲ ਕਰੀਏ ਤੇ ਹੁੰਦਾ ਤੇ ਇਹੀ ਹੈ ਵੀ ਜਦੋਂ ਕਬਜ਼ਾ ਕਰਦੇ ਤੇ ਜਿਹੜਾ ਮੁਖੀ ਹੁੰਦਾ ਉਹਦਾ ਘਾਟਾ ਲਾ ਲਿੰਦੇ ਆ ਕਿਸੇ ਨਾਗੇ ਖੰਬੇ ਤੇ ਉੱਚਾ ਕਰਕੇ ਟੰਗ ਦਿੰਦੇ ਆ ਵੀ ਆਹ ਲੋ ਹੁਣ ਕਾਂ ਖਾਂਦੇ ਰਹਿਣ ਤੇ ਨਾਲੇ ਇੱਧਰ ਉੱਧਰ ਲੋਕੀ ਵੇਂਦੇ ਰਹਿਣ ਵੀ ਆ ਅਸੀਂ ਟੰਗਤਾ ਜੇ ਤੇ ਹੁਣ ਸਾਡਾ ਰਾਜ ਹੈ ਮਤਲਬ ਉਹ ਬੰ ਮੈਂ ਸੋਚਦਾ ਵੀ ਇਸ ਤੋਂ ਪਹਿਲਾਂ ਜਿੰਨਾ ਜਿਹਨਾਂ ਨੇ ਸ਼ਾਸਨ ਕੀਤਾ ਉਹ ਰਾਜ ਕੀਤਾ ਉਹ ਜਿੰਨਾ ਜਿਹਨੂੰ ਲੋਕਾਂ ਨੂੰ ਕਹਿੰਦੇ ਰਿਹਾ ਮੈਂ ਤੁਹਾਡ ਲਈ ਆ ਕਰੂੰਗਾ ਮੈਂ ਤੁਹਾਡ ਲਈ ਆ ਕਰੂੰਗਾ ਮੈਂ ਤੁਹਾਡ ਲਈ ਆ ਕਰੂੰਗਾ ਉਦੋਂ ਤੱਕ ਉਹਨਾਂ ਦਾ ਯਕੀਨ ਹੋਣਾ ਤੇ ਅੱਜ ਤੇ ਲੋਕ ਮੇਰੇ ਖੰਨਾ ਹੋ ਸਕਦਾ ਵੀ ਉਹਦੀ ਫੋਟੋ ਤੇ ਵੀ ਛੱਤਰ ਮਾਰਦੇ ਹਨ ਵੀ ਤੂੰ ਆ ਕੀਤੀ ਸਾਡੇ ਨਾਲ ਸੰਧਾਲੀਆ ਸਭ ਬਹੁਤ ਜ਼ਰੂਰੀ ਹੈ ਦੇਖੋ ਭਾਰਤ ਵਰਗਾ ਦੇਸ਼ ਜਿਹੜਾ ਜੇ ਪਾਕਿਸਤਾਨ ਨੇ ਕਸ਼ਮੀਰ ਦੇ ਕਿਸੇ ਤੇ ਕਬਜ਼ਾ ਨਾ ਨਾ ਕੀਤਾ ਹੁੰਦਾ ਤਾਂ ਅਫਗਾਨਿਸਤਾਨ ਸਾਡੇ ਨਾਲ ਲੱਗਣਾ ਸੀ ਉਹ ਸਿਰਫ ਉਹੀ ਜਿਹੜਾ ਗਿਲਗਿਤ ਬਲਿਸਤਾਨ ਵਾਲਾ ਏਰੀਆ ਉੱਥੇ ਉਹ ਟੱਚ ਕਰਦੀ ਆ ਸਰਹੱਦ ਅਸੀਂ ਨਕਸ਼ੇ 'ਚ ਦਿਖਾਉਨੇ ਆ ਪਰ ਸਾਡੇ ਕੋਲ ਕੰਟਰੋਲ ਨਹੀਂ ਉਸ ਥਾਂ ਦਾ ਨਹੀਂ ਤਾਂ ਸਾਡੇ ਨਾਲ ਉਹਦੀ ਬਾਉਂਡਰੀ ਟੱਚ ਕਰਨੀ ਸੀ ਦੂਸਰੀ ਗੱਲ ਕਿ ਅੱਜ ਭਾਰਤ ਦੇ ਲਈ ਇਹ ਬਹੁਤ ਵੱਡੀ ਸੋਚ ਵਿਚਾਰ ਦੀ ਘੜੀ ਹੈ ਵਿਦੇਸ਼ ਨੀਤੀ ਦੇ ਪੱਖ ਤੋਂ ਕੂਟਨੀਤਿਕ ਪੱਖ ਤੋਂ ਤੇ ਸਭ ਤੋਂ ਵੱਡੀ ਗੱਲ ਕਿ ਉਹ ਸਾਡੇ ਗੁਆਂਡ ਦੇ ਵਿੱਚ ਹੀ ਹੈ ਉਸ ਖੇਤ ਦੇ ਵਿੱਚ ਸ਼ਾਂਤੀ ਦੇ ਪੱਖ ਤੋਂ ਤੁਸੀਂ ਦੇਖੋ ਕਿ ਜਦੋਂ 1979 '80 'ਚ ਰੂਸ ਦੀਆਂ ਫੌਜਾਂ ਅਫਗਾਨਿਸਤਾਨ 'ਚ ਆਈਆਂ ਉਹ 9 ਸਾਲ ਉਹਨਾਂ ਨੇ ਰੂਸ ਦੇ ਵਿੱਚ ਜੋ ਕੁਝ ਕਰ ਸਕਦੇ ਸੀ ਉਹ ਕੀਤਾ ਬਾਕੀ ਰੂਸ ਵਾਲਿਆਂ ਨੇ ਅਫਗਾਨਿਸਤਾਨ ਦੇ ਵਿੱਚ ਬਹੁਤ ਰੌਲਾ ਪਿਆ ਉਦੋਂ ਅਮਰੀਕਾ ਵਾਲਿਆਂ ਨੇ ਪਾਕਿਸਤਾਨ ਦੇ ਰਾਹੀਂ ਕਈ ਹੋਰ ਪਾਸੇੋਂ ਜਿੰਨੇ ਵੀ ਉੱਥੇ ਲੜਾਕੇ ਹੋ ਸਕਦੇ ਆ ਰੂਸ ਇੱਥੇ ਕਿੱਦਾਂ ਆ ਜਵੇ ਕਿਉਂਕਿ ਰੂਸ ਤੇ ਅਮਰੀਕਾ ਚ ਛੰਡੀ ਯੰਗ ਸੀ ਪੂਰੀ ਤਾਕਤ ਦਿੱਤੀ ਉਹਨਾਂ ਨੂੰ ਨਹੀਂ ਤਾਂ ਅਫਗਾਨਿਸਤਾਨ ਚ ਕੋਈ ਹਥਿਆਰਾਂ ਦੀਆਂ ਫੈਕਟਰੀਆਂ ਥੋੜੋ ਅ ਅਫਗਾਨਿਸਤਾਨ ਚ ਕਿਤੇ ਡਾਲਰ ਤਾਂ ਨਹੀਂ ਬਣਦੇ ਅੱਜ ਜਿਹੜੀਆਂ ਅਸੀਂ ਉਹਨਾਂ ਦੀਆਂ ਵੀਡੀਓ ਦੇਖਦੇ ਆ ਕਿ ਵੱਡੇ ਵੱਡੇ ਹਥਿਆਰ ਚੱਕਿਓ ਆ ਉਹ ਇੰਨੇ ਟ੍ਰੇਨਡ ਕਿੱਥੋਂ ਹੋ ਗਏ ਉਹਨਾਂ ਨੂੰ ਟ੍ਰੇਨਡ ਕੀਤਾ ਗਿਆ 99 ਚ ਰੂਸ ਵਾਲੇ ਭੱਜ ਗਏ ਉਦੇ ਤੋਂ ਬਾਅਦ ਉੱਥੋਂ ਦੇ ਕਈ ਗਰੁੱਪ ਚਾਲੂ ਹੋ ਗਏ ਸੀ ਇੱਕ ਦੂਜੇ ਦੇ ਨਾਲ ਖੇੜਨ ਲੱਗ ਪਏ 6-7 ਸਾਲ ਉਹ ਕੰਮ ਚੱਲਿਆ ਤੇ 1996 ਦੇ ਵਿੱਚ ਤਾਲਿਬਾਨ ਨੇ 80-85% ਦੀ ਜਿਹੜਾ ਹਿੱਸਾ ਅਫਗਾਨਿਸਤਾਨ ਦਾ ਉੱਤੇ ਕਬਜ਼ਾ ਕਰ ਲਿਆ 5 ਸਾਲ ਰਾਜ ਚੱਲਿਆ ਉਹਨਾਂ 5ਾਂ ਸਾਲਾਂ ਦੇ ਵਿੱਚ ਹੀ 2001 ਤੱਕ ਉਹਨਾਂ ਨੇ ਪੂਰੀ ਸਖਤੀ ਨਾਲ ਰਾਜ ਕੀਤਾ ਜਿਹਦੀ ਅੱਜ ਵੀ ਉੱਥੇ ਹਵਾ ਮਹਿਸੂਸ ਕੀਤੀ ਜਾਂਦੀ ਹੈ ਕਿ ਆਗਾ ਇਹਨਾਂ ਨੇ ਇਦਾਂ ਹੀ ਕਰਨਾ ਹੂੰ 2001 ਤੋਂ ਦੇ ਆਸ-ਪਾਸ ਜਦੋਂ ਇਧਰ ਅਮਰੀਕਾ ਵਾਲੇ ਪਾਸੇ ਹੋਇਆ ਇੱਥੇ ਦੇ ਟਾਵਰ ਡਿੱਗੇ ਜਹਾਜ਼ ਹਾਈਜੈਕ ਕੀਤੇ ਗਏ ਉਦੇ ਤੋਂ ਬਾਅਦ ਅਮਰੀਕਾ ਵਾਲੇ ਭੱਜ-ਪਿੱਛੇ ਕਲੇ ਦੇ ਨੇ ਉੱਥੇ ਰੁਕਿਆ ਪਿਛਲੇ 20 ਸਾਲਾਂ ਚ 65 ਲੱਖ ਕਰੋੜ ਰੁਪਈਆ ਅਮਰੀਕਾ ਨੇ ਉੱਥੇ ਖਰਚਿਆ 2.5 ਤਿੰਨ ਹਜ਼ਾਰ ਅਮਰੀਕਾ ਦੇ ਗਬਰੂ ਜਿਹੜੇ ਉਹ ਜਾਣੂਗੇ ਪੌਣੇ 1-2 ਲੱਖ ਦੇ ਕਰੀਬ ਕੁੱਲ ਜਾਨਾਂ ਗਈਆਂ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਤੇ ਉਦੋਂ ਕਿਹਾ ਗਿਆ ਸੀ ਜੇ ਉੱਥੇ ਅਸੀਂ ਸਰਕਾਰ ਸਥਾਪਿਤ ਕਰ ਦਿੱਤੀ ਅਸ਼ਰਫ ਗਾਨੀ ਦੀ ਅਗਵਾਈ ਚ ਸਰਕਾਰ ਬਹੁਤ ਵਧੀਆ ਕੰਮ ਕਰਦੀ ਹੈ ਤਾਲਿਬਾਨ ਦਾ ਸਫਾਇਆ ਹੋ ਗਿਆ ਖਾਤਮਾ ਹੋ ਗਿਆ ਜੇ ਸਫਾਇਆ ਹੋ ਗਿਆ ਸੀ ਤਾਂ ਤਿੰਨ ਹਫ਼ਤਿਆਂ ਚ ਉਹਨਾਂ ਨੇ ਦੇਸ਼ਕ ਦਾ ਦਬ ਲਿਆ ਜੇ 20 ਸਾਲਾਂ ਦੇ ਵਿੱਚ ਦੁਨੀਆ ਦੇ ਬਹੁਤ ਸਾਰੇ ਤਾਕਤਵਰ ਮੁਲਕਾਂ ਨੇ ਸਰਕਾਰ ਉੱਥੇ ਮਜ਼ਬੂਤ ਪੈਰਾਂ ਤੇ ਕਰ ਦਿੱਤੀ ਸੀ ਤਾਂ ਫੇਰ ਉਹ ਬਿਲਕੁਲ ਹੀ ਹਥਿਆਰ ਕਿੱਦਾਂ ਛੱਡ ਗਈ ਕਿ ਰਾਸ਼ਟਰਪਤੀ ਚੁੱਪ ਕਰਕੇ ਭੱਜ ਗਿਆ ਉਪਰਾਸ਼ਟਰਪਤੀ ਵੀ ਭੱਜ ਗਿਆ ਅੱਜ ਹੁਣੇ ਹੀ ਹੁਣ ਤੋਂ ਥੋੜੀ ਦੇਰ ਪਹਿਲਾਂ ਕੁਝ ਘੰਟੇ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾइडਨ ਸਾਹਿਬ ਦਾ ਬਿਆਨ ਆਇਆ ਉਹ ਕਹਿੰਦੇ ਸਾਨੂੰ ਨਹੀਂ ਸੀ ਆਸ ਕਿ ਉੱਥੋਂ ਦੀ ਸਰਕਾਰ ਇੰਨੀ ਛੇਤੀ ਬਿਨਾ ਲੋਹਾ ਲੈ ਭੱਜ ਜਾਊ ਅਸੀਂ ਤਾਂ ਉਸ ਹੱਬ ਨਾਲ ਤਿਆਰੀਆਂ ਕੀਤੀਆਂ ਸੀ ਕਿ ਸਾਨੂੰ ਦੋ ਚਾਰ ਹਫ਼ਤੇ ਮਿਲ ਜਾਣੇ ਤਾਂ ਸਾਰੇ ਲੋਕ ਚਲੇ ਜਾਣੇ ਵਿਦੇਸ਼ੀ ਬਾਹਰ ਵਿਦੇਸ਼ੀ ਬਾਹਰ ਚਲੇ ਵੀ ਜਾਣਗੇ ਉੱਥੋਂ ਦੇ ਲੋਕਾਂ ਦਾ ਕੀ ਕਸੂਰ ਹੈ ਕਿ ਪਹਿਲਾਂ 8-9 ਸਾਲ ਰੂਸ ਵਾਲਿਆਂ ਨੇ ਦਬਾਲੇ ਰੱਖੇ ਮੁੜ ਕੇ 20 ਸਾਲ ਤੁਸੀਂ ਦਬਾਲੇ ਰੱਖੇ ਡਿਵੈਲਪਮੈਂਟ ਕਿੱਥੇ ਆ ਪੜ੍ਹਾਈ ਕਿੱਥੇ ਆ ਪਾਣੀ ਕਿੱਥੇ ਆ ਰੋਟੀ ਕਿੱਥੇ ਆ ਸਿਹਤ ਸਹੂਲਤਾਂ ਕਿੱਥੇ ਆ ਉਹ ਸਾਰੀਆਂ ਚੀਜ਼ਾਂ ਤੇ ਅੱਜ ਬੈਂਕਾਂ ਦੇ ਮੋਰੇ ਵੀ ਕਤਾਰਾਂ ਲੱਗੀਆਂ ਹਸਪਤਾਲ ਕੰਮ ਨਹੀਂ ਕਰ ਰਿਹਾ ਰੇਲ ਸੇਵਾ バス ਸੇਵਾ ਸਾਰ ਇਪਰ ਹੁਣ ਇੱਕ ਤਬਦੀਲੀ ਜਿਹੜੀ ਥੋੜੀ ਥੋੜੀ ਨਜ਼ਰ ਆਉਂਦੀ ਹੈ ਪਤਾ ਨਹੀਂ ਉਹ ਸੱਚੀ ਹੈ ਝੂਠੀ ਹੈ ਜਦ ਨੂੰ ਕੱਲ ਨੂੰ ਉਹ ਸਾਰਾ ਕੁਝ ਕਰਨਗੇ ਉਸ ਤੋਂ ਬਾਅਦ ਪਤਾ ਲੱਗੂਗਾ ਜਿੱਦਾਂ ਹੁਣ ਉਹਨਾਂ ਦੇ ਬਿਆਨ ਇਹ ਆਉਂਦੇ ਆ ਵੀ ਦੇਖੋ ਜੀ ਕਾਰਨ ਇਹ ਆ ਵੀ ਕਿਸੇ ਵੀ ਅੰਬੈਸੀ ਨੂੰ ਜਿਹੜੀ ਇੱਥੇ ਕੰਮ ਕਰਦੀ ਉਹਨੂੰ ਜਾਂ ਉਹਦੇ ਸਟਾਫ ਨੂੰ ਇੱਥੋਂ ਜਾਣ ਦੀ ਲੋੜ ਨਹੀਂ ਅਸੀਂ ਕਿਸ ਨੂੰ ਕੁਝ ਮਾੜਾ ਨਹੀਂ ਕਹਿਣਾ ਸਿੱਖਿਆ ਦੀ ਗੱਲ ਵੀ ਉਹਨਾਂ ਨੇ ਹੌਲੀ ਹੌਲੀ ਕੀਤੀ ਵੀ ਹਾਂ ਜੀ ਅਸੀਂ ਜੇ ਕੋਈ ਮਤਲਬ ਬੀਬੀਆਂ ਨੇ ਉਹਨਾਂ ਨੂੰ ਸਿੱਖਿਆ ਵੀ ਹਾਸਲ ਕਰਨ ਦਾ ਹੱਕ ਦੇਵਾਂਗੇ ਪਿਛਲੀਆਂ ਜਿਹੜੀਆਂ ਸਖਤੀਆਂ ਸੀ ਉਹ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਭੁੱਲ ਜਿਓ ਉਹ じゃ ਕੁਝ ਨਹੀਂ ਹੋਊਗਾ ਆਪਾਂ ਹਰ ਦੇਸ਼ ਨੂੰ ਅੱਗੇ ਲੈ ਕੇ ਜਾਣਾ ਉਦੋਂ ਸਿਰਸਾ ਸਾਹਿਬ ਦਾ ਬਿਆਨ ਆਇਆ ਉਹ ਕਹਿੰਦੇ ਵੀ ਭਾਈ ਸਾਹਿਬ ਉੱਥੇ ਗੁਰਦੁਆਰਾ ਸਾਹਿਬ ਚ ਵੀ ਗਏ ਉਹਨਾਂ ਦੇ ਆਗੂ ਉਹਨਾਂ ਜਾ ਕੇ ਕਿਹਾ ਵੀ ਨਾ ਕਿਸੇ ਸਿੱਖ ਨੂੰ ਨਾ ਕਿਸੇ ਹਿੰਦੂ ਨੂੰ ਕਿਸੇ ਨੂੰ ਅਫਗਾਨਿਸਤਾਨ ਤੋਂ ਜਾਣ ਦੀ ਲੋੜ ਨਹੀਂ ਤੁਸੀਂ ਰਹੋ ਆਪਾਂ ਤੁਹਾਨੂੰ ਕੁਝ ਨਹੀਂ ਆਉਂਦੇ ਹੁਣ ਇਹ ਜਿਹੜੇ ਬਿਆਨ ਆ ਇਹ ਕਿਤਨਾ ਕਿਤੇ ਇਸ ਚੀਜ਼ ਵੱਲ ਇਸ਼ਾਰਾ ਕਰਦੇ ਕਿ ਸ਼ਾਇਦ ਉਹਨਾਂ ਨੂੰ ਇਹ ਲੱਗਿਆ ਕਿ ਜਦੋਂ ਪਹਿਲਾਂ ਉਹਨਾਂ ਦੇ ਕੋਲ ਸੀਗਾ ਕਬਜ਼ਾ ਅਫਗਾਨਿਸਤਾਨ ਦਾ ਉਦੋਂ ਸ਼ਾਇਦ ਉਹਨਾਂ ਦੇ ਆਪਣੇ ਲੋਕ ਇਸ ਕਰਕੇ ਵਿਰੋਧੀ ਹੋ ਗਏ ਸ਼ਾਇਦ ਉਹ ਵੀ ਇੱਕ ਕਾਰਨ ਸੀਗਾ ਕਿ ਹੌਲੀ ਹੌਲੀ ਜਦੋਂ ਅਮਰੀਕਾ ਆਇਆ ਤੇ ਅਮਰੀਕੀ ਫੌਜੇ ਨੂੰ ਬਹੁਤ ਸਾਰੇ ਉਹਨਾਂ ਦੇ ਲੋਕ ਹੀ ਸਾਥ ਦੇਣ ਲੱਗ ਪਏ ਵੀ ਇੱਥੇ ਜੇ ਉੱਥੇ ਜੇ ਇੱਥੇ ਜੇ ਉੱਥੇ ਜੇ ਉਹਨਾਂ ਨੂੰ ਇਹ ਲੱਗਿਆ ਵੀ ਸ਼ਾਇਦ ਜੇ ਲੋਕਾਂ ਨੂੰ ਉਹੋ ਜਿਹਾ ਰਾਜ ਚਾਹੀਦਾ ਜਿਹਦੇ ਵਿੱਚ ਉਹਨਾਂ ਦਾ ਥੋੜਾ ਆਸਾ ਸੌਖਾ ਹੋਵੇ ਤੇ ਅੱਜ ਸਾਨੂੰ ਉਹੋ ਜਿਹਾ ਮੌਕਾ ਮਿਲਦਾ ਤੇ ਫਿਰ ਆਪਾਂ ਥੋੜਾ ਆਸਾ ਸੌਖਾ ਕਰ ਦਿੰਨੇ ਕੀ ਪਤਾ ਸਾਡਾ ਰਾਜ ਪੱਕਾ ਸਥਾਪਿਤ ਹੋ ਜੇ ਸੰਧਾਲੀਆ ਸਾਹਿਬ ਇਹ ਬਹੁਤ ਜ਼ਰੂਰੀ ਹੈ ਜੇ ਕਿਤੇ ਤਾਲਿਬਾਨਾਂ ਨਾਲ ਇਦਾਂ ਕਰ ਦੇਣਾ ਆਪਣੀਆਂ ਨੀਤੀਆਂ ਦੇ ਵਿੱਚ ਨਰਮੀ ਲੈ ਆਉਣ ਲਚਕੀਲਾਪਨ ਲਚਕੀ ਉਹਨੇ ਵੀ ਕਿੰਨੇ ਘਸਤਲ ਬਣਾਤੇ ਜਾਂ ਕੀ ਕਰ ਦਿੱਤਾ ਜੇ ਲੋਕਾਂ ਨੂੰ ਕਿੱਥੇ ਲੈ ਗਿਆ ਹਮ ਸਰਕਾਰ ਤਾਂ ਚਾਹੀਦੀ ਜਿਹੜੀ ਲੋਕਾਂ ਦਾ ਸੋਚੇ ਨਾ ਉਹਦਾ ਭਾਵੇਂ ਕੋਈ ਵੀ ਹੋਵੇ ਸਖਤ ਹੀ ਨਾ ਕਰੇ ਸਾਰੇ ਲੋਕਾਂ ਨੂੰ ਉੱਥੇ ਰਹਿਣ ਦੇਵੇ ਹੁਣ ਤੁਸੀਂ ਦੇਖੋ ਕਿ ਅਫਗਾਨਿਸਤਾਨ ਦੀ ਬਹੁਤੀ ਆਮਦਨ ਤਾਫੀਮ ਤੋਂ ਆਉਂਦੀ ਹੈ ਹਮ ਉੱਥੇ ਮਾਈਨਿੰਗ ਦਾ ਕਾਰੋਬਾਰ ਵੀ ਹੈਗਾ ਜਿਹੜੇ ਹੋਰ ਲੋਕ ਕਾਰੋਬਾਰ ਕਰਦੇ ਆ ਉਹਨਾਂ ਤੋਂ ਜਦੋਂ ਤਾਲਿਬਾਨ ਦੀ ਪਹਿਲੀ ਸਰਕਾਰ ਸੀ ਠੋਕ ਬਜਾ ਕੇ ਹਫਤਾ ਲਿਆ ਜਾਂਦਾ ਸੀ ਉਹਨਾਂ ਨੂੰ ਕੰਮ ਕਰਨ ਦਿਓ ਆਪ ਥੋੜ੍ਹਾ ਜਿਹਾ ਸਹਿੰਦਾ ਸਹਿੰਦਾ ਜਾਂ ਸਾਰਾ ਕੁਝ ਕਰੋ ਰੁਪਏ ਥੇਲੇ ਉੱਥੇ ਆ ਸਕਦੇ ਆ ਪਰ ਦੂਸਰੀ ਗੱਲ ਜਿਹੜੀ ਇੱਕ ਬਹੁਤ ਜ਼ਰੂਰੀ ਹੈ ਇਸ ਵੇਲੇ ਭਾਰਤ ਦੀ ਸਰਕਾਰ ਦੇ ਲਈ ਸੰਧਾਲੀਆਂ ਸਭ ਤੁਸੀਂ ਦੇਖੋ ਕਿ ਅਮਰੀਕਾ ਤੇ ਭਾਰਤ ਦਾ ਮੇਲਜੋਲ ਬਹੁਤ ਜ਼ਿਆਦਾ ਰਿਹਾ ਜਦੋਂ ਮੇਲਜੋਲ ਰਿਹਾ ਤਾਂ ਤਾਲਿਬਾਨ ਵਾਲਿਆਂ ਨੂੰ ਫਿਰ ਭਾਰਤ ਚੰਗਾ ਲੱਗੂਗਾ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਪਾਈ ਉੱਥੇ ਲੋਕਾਂ ਦਾ ਰਾਜ ਹੋ ਗਿਆ ਅਗਲੇ ਨੂੰ ਪਾਕਿਸਤਾਨ ਚੰਗਾ ਲੱਗੂਗਾ ਭਾਰਤ ਨੇ ਤਾਂ ਕੋਈ ਬਿਆਨ ਹੀ ਨਹੀਂ ਦਿੱਤਾ ਭਾਰਤ ਤਾਂ ਤਾਲਿਬਾਨ ਦੇ ਹੱਕ 'ਚ ਹੋ ਹੀ ਨਹੀਂ ਸਕਦਾ ਹੁਣ ਉਹਨਾਂ ਨੇ ਉੱਥੇ ਰਾਜ ਆਪਣਾ ਬਣਾ ਲਿਆ ਫਿਰ ਭਾਰਤ ਉਹਨਾਂ ਤੋਂ ਦੋਸਤੀ ਦੀ ਉਮੀਦ ਕਿੱਦਾਂ ਕਰ ਸਕਦਾ ਬਹੁਤ ਚੰਗਾ ਹੋਵੇ ਉੱਥੋਂ ਦੇ ਵਿਦੇਸ਼ੀ ਨਾਗਰਿਕ ਸੁਰੱਖਿਅਤ ਰਹਿਣ ਉੱਥੋਂ ਦੀਆਂ ਅੰਬੈਸੀਆਂ ਚੱਲਦੀਆਂ ਰਹਿਣ ਔਰਤਾਂ ਨੂੰ ਸਿੱਖਿਆ ਮਿਲੇ ਹੁਣ ਤੁਸੀਂ ਦੇਖੋ ਕਿ ਭਾਰਤ ਦੇ ਲਈ ਖਤਰੇ ਦੀ ਘੰਟੀ ਕਿਦਾਂ ਰੂਸ ਨੇ ਕਿਹਾ ਕਿ ਅਸੀਂ ਅਫਗਾਨਿਸਤਾਨ ਚ ਆਪਣੀ ਅੰਬੈਸੀ ਬੰਦ ਨਹੀਂ ਕਰਨੀ ਨਹੀਂ ਤਾਂ ਜਿਹੜੇ ਦੇਸ਼ ਦੇ ਵਿੱਚ ਲੱਗੇ ਕਿਸੇ ਦੇਸ਼ ਨੂੰ ਕਿ ਪਾਈ ਉੱਥੇ ਸਰਕਾਰ ਠੀਕ ਲੋਕਾਂ ਦੀ ਨਹੀਂ ਉਹ ਸਬੰਧ ਤੋੜ ਲੈਂਦੇ ਆ ਕਿ ਨਹੀਂ ਪਾਈ ਤੁਸੀਂ ਠੀਕ ਨਹੀਂ ਕਰ ਰਹੇ ਜੇ ਉਹ ਤਾਲਿਬਾਨ ਦੇ ਖਿਲਾਫ ਹੋਣ ਉੱਥੋਂ ਦੀ ਸਰਕਾਰ ਦੇ ਖਿਲਾਫ ਹੋਣ ਰੂਸਾ ਲੇਟ ਚਾਹਣਗੇ ਕਿ ਅਮਰੀਕਾ ਆਪਾਂ ਆਪ ਸਬੰਧ ਵਧੀਆਂ ਬਣਾਈਏ ਜੇ ਪਾਕਿਸਤਾਨ ਦੀ ਸਰਕਾਰ ਅਫਗਾਨ ਦੀ ਨਵੀਂ ਤਾਲਿਬਾਨ ਸਰਕਾਰ ਨੂੰ ਮਾਨਤਾ ਦਿੰਦੀ ਹੈ ਰੂਸ ਵਾਲੇ ਕਹਿੰਦੇ ਅਸੀਂ ਐਮਬੈਸੀ ਨਹੀਂ ਬੰਦ ਕਰਨੀ ਇਹਦਾ ਮਤਲਬ ਹੈ ਕਿ ਅਫਗਾਨਿਸਤਾਨ ਪਾਕਿਸਤਾਨ ਤੇ ਰੂਸ ਇੱਕ ਪਾਸੇ ਹੈ ਚੀਨ ਦੀ ਸਰਕਾਰ ਦਾ ਬਿਆਨ ਕੀ ਆਇਆ ਕਹਿੰਦੇ ਦੇਖੋ ਜੀ ਗੱਲ ਇਦਾਂ ਆ ਅਸੀਂ ਉੱਥੋਂ ਦੇ ਲੋਕਾਂ ਦੀ ਭਾਵਨਾ ਦਾ ਸਨਮਾਨ ਕਰਦੇ ਹਾਂ ਅਸੀਂ ਉਹਦੇ ਪੁਨਰ ਨਿਰਮਾਣ ਦੇ ਵਿੱਚ ਯੋਗਦਾਨ ਦੇਾਂਗੇ ਹੁਣ ਭਾਰਤ ਦੇ ਇੱਕ ਪਾਸੇ ਚੀਨ ਹੈ ਇਧਰਲੇ ਪਾਸੇ ਪਾਕਿਸਤਾਨ ਲੱਗਦਾ ਉੱਪਰਲੇ ਪਾਸੇ ਰੂਸ ਹੈ ਉਧਰਲੇ ਪਾਸੇ ਅਫਗਾਨਿਸਤਾਨ ਤੋਂ ਪਰਲੇ ਪਾਸੇ ਈਰਾਨ ਹੈ ਤੇ ਉਹਦੀ ਸਰਕਾਰ ਵੀ ਉਹਨਾਂ ਦੇ ਹੱਕ ਚ ਹੈ। ਜਾਨੀ ਕਿ ਸਾਡੇ ਇਧਰਲੇ ਪਾਸੇ ਤੇ ਉੱਪਰਲੇ ਪਾਸੇ ਜਿੰਨੇ ਦੇਸ਼ ਨੇ ਉਹ ਅਫਗਾਨਿਸਤਾਨ ਤੇ ਪਾਕਿਸਤਾਨ ਦੀ ਇਸ ਸਥਿਤੀ ਦੇ ਵਿੱਚ ਉਹਨਾਂ ਦੇ ਨਾਲ ਨੇ ਭਾਰਤ ਇਕੱਲਾ ਹੈ ਕਿਉਂਕਿ ਅਸੀਂ ਅਮਰੀਕਾ ਦੇ ਸਮਰਥਕ ਹੋ ਗਏ ਸੀ। ਦੂਸਰੀ ਗੱਲ ਬੈਲੈਂਸ ਅਜੇ ਵੀ ਹੋ ਸਕਦਾ। ਭਾਰਤ ਨੇ ਜਦੋਂ ਦੀ ਉੱਥੇ ਅਮਰੀਕਾ ਪੱਖੀ ਅਸ਼ਰਫ ਗਨੀ ਦੀ ਸਰਕਾਰ ਸੀ ਮੈਂ ਨਹੀਂ ਕਹਿਣਾ ਗਲਤ ਕੀਤਾ ਇੱਕ ਸਿਚੁਏਸ਼ਨ ਪੈਦਾ ਹੋ ਗਈ ਬਾਈ ਚਾਂਸ। ਅਮਰੀਕਾ ਇਹ ਨਹੀਂ ਛੇਤੀ ਨਾ ਜਾਂਦਾ ਨਹੀਂ ਸੀ ਹੋਣੀ। ਭਾਰਤ ਨੇ ਅਫਗਾਨਿਸਤਾਨ 'ਚ ਬਹੁਤ ਪੈਸੇ ਲਾਏ। ਪੰਨੂ ਸਾਹਿਬ ਕਿੰਨੀ ਵਾਰੀ ਗੱਲ ਸੁਣਾਉਂਦੇ ਹੁੰਦੇ ਕਿ ਇੱਕ ਪਾਸੇ ਚੀਨ ਨੇ ਪਾਕਿਸਤਾਨ ਦੇ ਵਿੱਚ ਸਾਰਾ ਢਾਂਚਾ ਤਿਆਰ ਕੀਤਾ ਭਾਰਤ ਨੇ ਅਫਗਾਨਿਸਤਾਨ ਦੇ ਵਿੱਚ ਸਾਰਾ ਢਾਂਚਾ ਤਿਆਰ ਕੀਤਾ ਈਰਾਨ ਦੇ ਰਾਹੀਂ ਹੁਣ ਉਹ ਢਾਂਚਾ ਜਿੰਨਾ ਅਫਗਾਨਿਸਤਾਨ ਚ ਤਿਆਰ ਹੋਇਆ ਕਿਉਂਕਿ ਤਾਲਿਬਾਨ ਵਾਲੇ ਪਾਕਿਸਤਾਨ ਦੇ ਨਾਲ ਨੇ ਪਾਕਿਸਤਾਨ ਚੀਨ ਤੇ ਰੂਸ ਵਾਲੇ ਇੱਕ ਪਾਸੇ ਖਲੋਤੇ ਐ ਚੀਨ ਵਾਲਿਆਂ ਨੇ ਕਿਹਾ ਤਾਂ ਪੁਨਰ ਨਿਰਮਾਣ ਦੇ ਵਿੱਚ ਸਹਿਯੋਗ ਦੇ ਆ ਕਿ ਭਾਰਤ ਨੇ ਜਿੰਨੀਆਂ ਸੜਕਾਂ ਬਣਾਈਆਂ ਜਿੰਨੇ ਪੁਲ ਬਣਾਏ ਉਥੋਂ ਦੀ ਪਾਰਲੀਮੈਂਟ ਹੈ ਉੱਥੋਂ ਦਾ ਰਾਸ਼ਟਰਪਤੀ ਭਵਨ ਉੱਥੋਂ ਦੀ ਇੱਕ ਬੰਦਰਗਾਹ ਹੁਣ ਕਿਹਦੇ ਕਬਜ਼ੇ ਚ ਪੈਸੇ ਭਾਰਤ ਨੇ ਇਸ ਕਰਕੇ ਲਾਇਏ ਸੀ ਕਿ ਇੱਕ ਪਾਕਿਸਤਾਨ ਕਬੂਜ ਰਹੂਗਾ ਦੂਜਾ ਸਿਵਾਇਆ ਈਰਾਨ ਹੋ ਕੇ ਈਰਾਨ ਤੋਂ ਤੁਰਕੀ ਹੋ ਕੇ ਤੇ ਯੂਰਪ ਤੱਕ ਅੱਗੇ ਸਾਰੇ ਵਪਾਰ ਕਰਿਆ ਕਰਾਂਗੇ ਹੁਣ ਉਹ ਸਾਰੇ ਦਾ ਸਾਰਾ ਜਿਹੜਾ ਉਹ ਤਾਮਚਾਮ ਸੀ ਜਿੰਨੇ ਪੈਸੇ ਲੱਗੇ ਸੀ ਜਿੰਨੀ ਇਨਵੈਸਟਮੈਂਟ ਸੀ ਉਹ ਸਾਰੀ ਤਾਲਿਬਾਨਾਂ ਦੇ ਕੋਲ ਆ ਗਈ ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਕਿੱਥੇ ਚੀਨ ਵਾਲਿਆਂ ਨੇ ਕਿਉਂਕਿ ਭਾਰਤ ਦੇ ਕਸ਼ਮੀਰ ਤੋਂ ਉੱਪਰਲੇ ਪਾਸੇ ਜਿੱਥੇ ਪਾਕਿਸਤਾਨ ਦਾ ਕਬਜ਼ਾ ਚੀਨ ਸਿੱਧਾ ਅਫਗਾਨਿਸਤਾਨ ਦੇ ਨਾਲ ਲੱਗਦਾ ਭੜਕ ਨੂੰ ਜੇ ਪਾਕਿਸਤਾਨ ਚੀਨ ਨੂੰ ਅੱਖਾਂ ਵੀ ਦਿਖਾ ਲਈ ਤੋ ਅਫਗਾਨਿਸਤਾਨ ਦੇ ਰਾਹੀਂ ਇਰਾਨ ਤੋਂ ਹੋ ਕੇ ਤੁਰਕੀ ਤੋਂ ਕੇ ਸਾਰੇ ਯੂਰਪ ਨਾਲ ਵਪਾਰ ਕਰ ਲੂ ਜਾਨੀ ਜਿਹੜਾ ਕੰਮ ਭਾਰਤ ਕਰਦਾ ਰਿਹਾ ਉਥੇ ਅਮਰੀਕਾ ਵੱਖੀ ਸਰਕਾਰ ਦੇ ਨਾਲ ਮਿਲ ਕੇ ਅੱਜ ਸਮਾਂ ਇਸ ਗੱਲ ਦੀ ਮੰਗ ਕਰਦਾ ਕਿ ਭਾਰਤ ਆਪਣੀ ਵਿਦੇਸ਼ ਨੀਤੀ ਨੂੰ ਦੇਖੇ ਪਰਖੇ ਇਸ ਖੇਤਰ ਦੇ ਵਿੱਚ ਨਵੀਆਂ ਬਦਲਦੀਆਂ ਸਥਿਤੀਆਂ ਦੇ ਮੁਤਾਬਕ ਤੇ ਇਕੱਲਾ ਨਾ ਰਹਿ ਜਵੇ ਯਾਨੀ ਇਕੱਲੇ ਰਹਿਣ ਵਾਲੀ ਗਲਤਾਂ ਜਾਪਦੀਆਂ ਕੁਲ ਮਿਲਾ ਕੇ ਪਰ ਦੇਖੋ ਇੱਕ ਗੱਲ ਤੇ ਹੈਗੀ ਆ ਵੀ ਅਮਰੀਕਾ ਨੇ ਜਿਸ ਹਿਸਾਬ ਨਾਲ ਡਿਚ ਕੀਤਾ ਐਂ ਉਸ ਤੋਂ ਪਹਿਲਾਂ ਵੀ ਆਪਾਂ ਜਿੱਥੇ-ਜਿੱਥੇ ਦੇਖਦੇ ਨੇ ਵੀ ਅਮਰੀਕਾ ਦਾ ਕੰਮ ਓਨਾ ਕਚਰ ਹੁੰਦਾ ਜਿਹਰਾਨੇ ਵਾਲਾ ਜਿੰਨਾ ਕਿਰ ਨੂੰ ਲੋੜ ਆ ਜਿੱਦ ਦਿਨ ਉਹਨੂੰ ਲੋੜ ਨਾ ਜਾ ਪਿਆ ਅਗਰੇ ਕੋਲੇ ਪੈਸਾ ਨਾ ਹੁਣ ਵੀ ਤੇ ਸੁਣਨ ਚਾਉਂਦੇ ਕੋਈ ਕਹਿੰਦਾ ਹੈਲੀਕਾਪਟਰ ਛੱਡ ਗਿਆ ਟੈਂਕ ਛੱਡ ਗਿਆ ਗੱਡੀਆਂ ਛੱਡ ਗਿਆ ਮੋਟਰਾਂ ਛੱਡ ਗਿਆ ਉਹਨਾਂ ਨੂੰ ਕੀ ਫਰਕ ਪੈਂਦਾ ਉਹਨਾਂ ਨੇ ਤੇ ਜਿੱਦਣ ਉੱਥੋਂ ਅਮਰੀਕਾ ਤੋਂ ਲੱਦ ਕੇ ਉੱਥੇ ਜਾ ਕੇ ਰੱਖੇ ਸੀ ਉਹਦੇ ਉਦਣੇ ਲੀਕ ਮਾਰਤੀ ਨਹੀਂ ਲੈ ਵੀ ਇੰਨੇ ਉੱਥੇ ਜੰਗ ਚ ਚੱਲ ਗਿਆ ਹੁਣ ਨਹੀਂ ਮੁੜਨੇ ਉਹ ਹੁਣ ਇੱਕ ਪਾਸੇ ਏਡਾ ਵੱਡਾ ਮੌਲਕ ਹੈ ਉਹ ਉੱਥੇ ਜਾ ਕੇ ਜਿਹੜਾ ਉਹ ਸਿਰਫ ਸਿਰ ਨੂੰ ਜੰਗੀ ਸਮਾਨ ਲੈ ਕੇ ਗਿਆ ਵੀ ਭਾਈ ਸਾਹਿਬ ਜਦੋਂ ਸਾਨੂੰ ਲੋਡ ਹੋਵੇ ਤੇ ਅਸੀਂ ਛੇਤਰ ਕਾਇਮ ਚਾਹੀਦਾ ਜਿਹਦੇ ਤੇ ਅਸੀਂ ਰਾਜ ਕਰਨਾ ਤੇ ਜਿੱਦਣ ਸਾਨੂੰ ਲੋਡ ਜਾਪੇ ਅਸੀਂ ਆਪਣਾ ਵਿਚੋਕ ਲੈਣਾ ਛੇਤਰ ਭਾਵੇਂ ਉੱਤੇ ਛੱਡ ਵੀ ਆਈਏ ਆਪਣੇ ਵਾਲੇ ਪਾਸੇ ਉਹਨਾਂ ਨੇ ਆਖਿਆ ਵੀ ਆਪਾਂ ਉਹਨਾਂ ਨੂੰ ਇਦਾਂ ਸਪੋਰਟ ਕਰੀਓ ਉਦਾਂ ਸਪੋਰਟ ਕਰੇ ਮਤਲਬ ਇੱਕ ਪਾਸੇ ਆਪਣੇ ਵਾਲੇ ਉੱਥੇ ਜਿਹੜੇ ਕਹਿੰਦੇ ਕਿ ਉਹ ਤਰਲੇ ਮਾ ਦੇਣ ਤੇ ਸਾਨੂੰ ਕੁਝ ਨਾ ਕੁਝ ਦੇ ਦਿਓ ਦੂਜੀ ਪਾਸੇ ਆਪਾਂ ਉਹ ਇਹਨਾਂ ਪੈਸਾ ਇਨਵੈਸਟ ਕਰੀਏ ਜਿਹੜਾ ਕਿਸੇ ਹੋਰ ਥਾਂ ਦੇ ਉੱਪਰ ਇਨਫਰਾਸਟ੍ਰ ਅੱਜ ਕਿਹੜੇ ਕੰਮ ਆ ਤੇ ਜਿਹੜਾ ਇਸ ਵਕਤ ਕਹ ਲੋ ਕਿ ਅਮਰੀਕਾ ਨੇ ਆਪਣੇ ਹਿਸਾਬ ਨਾਲ ਕੰਮ ਕੀਤਾ ਵੀ ਹਾਂਜੀ ਭਾਈ ਸਾਹਿਬ ਹੁਣ ਤੁਸੀਂ ਚਲਾ ਲਓ ਸਾਨੂੰ ਕੋਈ ਫਰਕ ਨਹੀਂ ਇਹ ਮੇਰੇ ਖਿਆਲ ਨਾਲ ਦੋ ਜਣੇ ਕਿਤੇ ਬਰਾਬਰ ਬੈਠ ਕੇ ਸੋਚ ਲੈਣ ਵੀ ਯਾਰ ਜਦੋਂ ਉਹ ਲਾਉਂਦੇ ਸੀ ਤੇ ਉਹਨੂੰ ਵੈਸੇ ਕਹਿੰਦੇ ਵੀ ਠੀਕ ਆ ਵੀਰ ਆਪਾਂ ਤੁਹਾਡੇ ਨਾਲ ਹੀ ਕੋਈ ਗੱਲ ਨਹੀਂ ਵੈਸੇ ਪੈਸੇ ਪੂਰੇ ਸਾਡੇ ਕੋਲੋਂ ਨੇ ਕੀ ਆ ਹਿਸਾਬ ਦੇ ਹੀ ਹੈ ਨਾ ਕਿ ਜਦੋਂ ਤੁਹਾਡਾ ਕੰਮ ਸੈਟ ਆ ਗਿਆ ਉਦੋਂ ਲੋਡ ਹੋਈ ਤੇ ਦੱਸਿਓ ਹੋ ਸਕਦਾ ਵੀ ਜਦੋਂ ਪਿਛਲੀਆਂ ਲੰਗੀਆਂ ਸਿਚੁਏਸ਼ਨਸ ਦੇ ਵਿੱਚ ਹੋ ਸਕਦਾ ਯੂਨੋ ਨੂੰ ਜਵਾਬ ਦੇਣ ਦਾ ਕਰਕੇ ਆਪਾਂ ਆਪਣੀ ਇਵੇਂ ਦੇ ਛਵੀ ਸੁਧਾਰਨ ਦਾ ਕਰਕੇ ਕਰਦੇ ਹੋਈਏ ਵੀ ਆਹ ਦੇਖੋ ਯਾਰ ਇੱਕ ਮਾਤੜ ਮੁਲਕ ਦੀ ਤਰੱਕੀ ਦੇ ਵਿੱਚ ਜਾਂ ਉਹਨੂੰ ਦੁਬਾਰਾ ਬਿਲਡ ਕਰਨ ਦੇ ਵਿੱਚ ਭਾਰਤ ਹੈਲਪ ਕਰ ਰਿਹਾ ਪਰ ਸਵਾਲ ਇਹ ਆ ਵੀ ਭਾਰਤ ਨੇ ਉਹ ਜਿਹੜੀ ਕੀਤੀ ਹੈਲਪ ਸੀ ਉਹਦੇ ਨਾਲ ਨਾਲ ਕੋਈ ਦੂਸਰਾ ਪਲਾਨ ਵੀ ਰੱਖਿਆ ਸੀ ਕਿ ਨਹੀਂ ਰੱਖਿਆ ਸੀ ਇਹਦੇ ਉਦਾਂ ਹੋ ਗਿਆ ਨਾ ਕੰਮ ਵੀ ਕਹਿੰਦਾ ਭਾਈ ਸਾਹਿਬ ਪੁਲ ਬਣਾਉਣਾ ਪੁਲ ਬਣਾਉਣਾ ਪੁਲ ਜਦੋਂ ਬਣਾ ਲਿਆ ਅਗਲੇ ਪਾਸੇ ਪਹੁੰਚ ਗਏ ਉਦੋਂ ਬਾਅਦ ਪਤਾ ਲੱਗਾ ਉਹ ਤੁਹਾਡਾ ਪਲਾ ਜਿੱਤੋਂ ਪੁਲ ਜੋੜਨਾ ਸੀਗਾ ਉਹ ਤੇ ਜੋੜੇ ਹੀ ਨਹੀਂ ਪਿਛੋਂ ਅਗਲੇ ਪਾਸੇ ਜੋੜ ਲਿਆ ਤੇ ਜਿੱਦੋਂ ਚੜ੍ਹਨਾ ਸੀ ਉਧਰ ਜੋੜਿਆ ਹੀ ਨਹੀਂ ਸੰਧਾਲੀਆ ਸਭ ਇਹ ਬਹੁਤ ਇੰਪੋਰਟੈਂਟ ਅਸਪੈਕਟ ਹੈ ਪੱਖ ਬਹੁਤ ਵੱਡਾ ਜੇ ਦੇਖਣਾ ਹੋਵੇ ਕਿ ਆਪਾਂ ਬਾਰ ਬਾਰ ਕਹਿੰਨੇ ਹੁੰਨੇ ਕਿ ਬੈਲੈਂਸ ਹੀ ਰੱਖ ਕੇ ਚੱਲਣਾ ਚਾਹੀਦਾ ਕਿਉਂਕਿ ਤੁਸੀਂ ਪਿਛਲੇ ਦਿਨ ਵੀ ਗੱਲ ਕੀਤੀ ਸੀ ਕਿ ਅਮਰੀਕਾ ਨੇ ਜਿਹੜਾ ਵੀ ਦੇਸ਼ ਵਰਤਿਆ ਉਹ ਫਿਰ ਵਰਤਿਆ ਹੀ ਗਿਆ ਦੁਬਾਰਾ ਵਰਤ ਨਹੀਂ ਹੋਇਆ ਕਦੀ ਕਿਸੇ ਤੋਂ ਪਾਕਿਸਤਾਨ ਵੀ ਤਾਂ ਵਰਤਿਆ ਹੀ ਆ ਰਿਹਾ ਨਹੀਂ ਵਰਤਣ ਜੋਗਾ ਮੋੜ ਕੇ ਮੈਨੂੰ ਲੱਗਦਾ ਪਾਕਿਸਤਾਨ ਵਾਲੇ ਸਿਆਣੇ ਹੋ ਗਏ ਉਹਨਾਂ ਵੇਖਿਆ ਤੁਹਾਨੂੰ ਵਰਤ ਕੇ ਨਿਕਲ ਜਾਂਦੇ ਹੋ ਨਾ ਚਾਈਨਾ ਵਾਲੇ ਪਾਸੇ ਕੰਮ ਸ਼ੁਰੂ ਕਰ ਲਿਆ ਟਾਈਮ ਨਹੀਂ ਟਾਈਮ ਨਹੀਂ ਹੁਣ ਸੰਧਾਲੀਆ ਸਭ ਇੱਥੇ ਕੋਈ ਬੰਦਾ ਹੀ ਨਾ ਸਮਝੇ ਕਿ ਅਸੀਂ ਇਹ ਕ ਪਹਿਲੀ ਗੱਲ ਹੈ ਕਿ ਅਮਰੀਕਾ ਦਾ ਕੋਈ ਵੀ ਗੱਭਰੂ ਜਵਾਨ ਉਹ ਫੌਜ ਦਾ ਫੈਸਲਾ ਥੋੜੀ ਹੁੰਦਾ ਉੱਪਰ ਲਿਆਂਦਾ ਫੈਸਲਾ ਹੁੰਦਾ ਕਿ ਕਿੱਥੇ ਜਾਣਾ ਕੀ ਕਰਨਾ ਉਹ ਤਾਂ ਹੁਕਮ ਦੇ ਬੱਜੇ ਹੁੰਦੇ ਆ ਕਿ ਪਾਈ ਅਸੀਂ ਉੱਥੇ ਜਾ ਕੇ ਨਹੀਂ ਤਾਂ ਕਿਸੇ ਦਾ ਜੀ ਕਰਦਾ ਅਮਰੀਕਾ ਰਗੀ ਧਰਤੀ ਤੋਂ ਜਹਾਜ਼ ਦੇ ਵਿੱਚ ਬੈਠੋ ਜਾ ਕੇ ਅਫਗਾਨਿਸਤਾਨ ਦੇ ਰੇਗਿਸਤਾਨ ਦੇ ਵਿੱਚ ਜਾ ਕੇ ਲੋਹਾ ਲਾਓ ਜਿੱਥੇ ਪਛਾਣ ਬਿਨਾਂ ਘਰ ਹੋਵੇ ਕੌਣ ਮਾੜਾ ਤੇ ਕੌਣ ਚੰਗਾ ਤੇ ਉੱਥੋਂ ਕੋਈ ਜ਼ਖਮੀ ਹੋ ਕੇ ਆਉਂਦਾ ਕਿਸੇ ਦੀ ਡੈੱਡ ਬਾਡੀ ਆਉਂਦੀ ਸੀ ਅਮਰੀਕਾ ਦੇ ਲੋਕ ਤਾਂ ਇਸ ਗੱਲ ਨੂੰ ਖੁਸ਼ ਨੇ ਕਿ ਪਾਈ ਘਟੂ ਘਟ ਸਾਡੇ ਪੁੱਤ ਧੀਆ ਜਿਹੜੇ ਉੱਥੇ ਜਾ ਕੇ ਦੁਨੀਆ ਤੋਂ ਜਾਂਦੇ ਸੀ ਉਹ ਬਚਾਉ ਗਿਆ ਪਰ ਜੇ ਇਸ ਕਾਲੀ ਦੇ ਵਿੱਚ ਇਹ ਸਾਰਾ ਕੰਮ ਕੀਤਾ ਗਿਆ ਵਿਦੇਸ਼ੀ ਲੋਕ ਉੱਥੇ ਫਸ ਗਏ ਆ ਨਹੀਂ ਸਕੇ ਹੁਣ 에어ਪੋਰਟ ਤੋਂ ਕਿੱਦਾਂ ਆਉਣਗੇ ਸਾਰੇ ਵਾਪਸ ਹੁਣ ਭਾਰਤ ਦਾ ਜਹਾਜ਼ ਮੈਂ ਫੇਰ ਕਹਿਣਾ ਕਿ ਅਸੀਂ ਜਿਹੜੇ 에어 ਇੰਡੀਆ ਵਾਲੇ ਉਹਨਾਂ ਸਾਰਿਆਂ ਨੂੰ ਸਲੂਟ ਕਰਦੇ ਹਾਂ ਬਖ ਵਖ ਦੇਸ਼ਾਂ ਦੀਆਂ ਜਿਹੜੀਆਂ 에어ਲਾਈਨਸ ਦੇ ਕੀ ਪਤਾ ਪਾਇਲਟ ਉੱਥੇ ਜਾ ਕੇ ਉਤਰਦਾ ਹੈ ਵਾਪਸ ਆ ਹੋਵੇ ਕਿ ਨਾ ਹੋਵੇ ਜਿੱਥੇ ਇਨੀ ਅਫਰਤ ਅਫਰੀ ਹੈ ਉਹ ਲੋਕ ਫਿਰ ਵੀ ਜਾਂਦੇ ਆ ਪਰ ਸਭ ਤੋਂ ਵੱਡੀ ਗੱਲ ਸੰਧਾਲੀਆ ਸਾਹਿਬ ਸਾਨੂੰ ਸਮੇਂ ਦੀ ਨਬਜ਼ ਪਛਾਨਣੀ ਪਊਗੀ ਅਸੀਂ ਆਉਣ ਵਾਲੇ ਸਮੇਂ 'ਚ ਕਿਉਂਕਿ ਬਹੁਤ ਸਾਰੇ ਇਹ ਜਿਹੜੇ ਤਾਲਿਬਾਨ ਨੇ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿਚਾਲੇ ਦਾ ਇੱਕ ਇਲਾਕਾ ਜਿੱਥੇ ਪਸ਼ਤੋ ਲੋਕ ਨੇ ਉਹਨਾਂ ਦੇ ਵਿੱਚੋਂ ਬਹੁਤੇ ਇਹ ਨਿਕਲੇ ਆ ਅਫਗਾਨਿਸਤਾਨ ਤੇ ਕਬਜ਼ਾ ਹੋ ਗਿਆ ਉਹ ਤਾਂ ਵਿਲੇ ਹੋ ਗਏ ਨੇ ਹੁਣ ਵਿਲੇ ਹੋਣ ਦਾ ਭਾਵ ਕੀ ਹੈ ਕਿ ਪਹਿਲਾਂ ਸਾਰਾ ਜੋਰ ਲੱਗਾ ਸੀ ਕਿ ਪਾਈ ਇਧਰ ਉਧਰ ਟ੍ਰੇਨਿੰਗ ਲੈ ਕੇ ਆਪਾਂ ਉਹ ਫੌਜਾਂ ਦੇ ਖਿਲਾਫ ਲੜੀਏ ਹੁਣ ਤਾਂ ਕਬਜ਼ਾ ਹੀ ਉਹਨਾਂ ਦਾ ਉਹ ਵਿਲੇ ਹੋ ਕੇ ਫਿਰ ਪੁੱਛਣਗੇ ਹੁਣ ਕੀ ਕਰੀਏ ਤੇ ਜੇ ਇਧਰ ਉਹ ਗੱਬੇ ਪਾਕਿਸਤਾਨ ਇਧਰ ਅਫਗਾਨਿਸਤਾਨ ਅੱਗੇ ਇੰਡੀਆ ਜੇ ਉਧਰਲੇ ਪਾਸੇ ਨੂੰ ਅੱਗੇ ਅਫਗਾਨਿਸਤਾਨ ਨੂੰ ਜਾਂਦੀਆਂ ਗਤੀਵਿਧੀਆਂ ਇੱਧਰ ਨੂੰ ਵੀ ਵੱਧ ਸਕਦੀਆਂ ਇਸ ਕਰਕੇ ਬਹੁਤ ਛੇਤੀ ਸਾਨੂੰ ਇਸ ਇਲਾਕੇ ਦੇ ਵਿੱਚ ਬੈਲੈਂਸ ਅਪਰੋਚ ਬਣਾ ਕੇ ਅੱਗੇ ਵਧਣਾ ਪਊਗਾ ਨਹੀਂ ਜੀ ਬੜਾ ਜ਼ਰੂਰੀ ਹੈ ਕਿਉਂਕਿ ਕਾਰਨ ਹੈ ਨਾ ਉਹ ਉਹਨਾਂ ਨੂੰ ਜਿਹੜਾ ਹੱਲਾਸ਼ਰੀ ਦੀ ਗੱਲ ਕਰੀਏ ਤੇ ਹੱਲਾਸ਼ਰੀ ਦੂਜੇ ਵੀ ਦੇਣਦੇ ਹੁੰਦੇ ਨੇ ਨਾ ਵੀ ਕੋਈ ਗੱਲ ਨਹੀਂ ਯਾਰ ਅਸੀਂ ਫਿਰ ਉਹਨਾਂ ਦਾ ਸਾਥ ਦਿੱਤਾ ਫਿਰ ਹੁਣ ਕਰੋ ਕੁਝ ਵੀ ਕਰਦੇ ਹਾਂ ਮਾੜਾ ਬੋਟਾ ਕੁਝ ਚਾਹੀਦਾ ਆ ਕੋਈ ਹੋਰ ਨਾ ਪਟਾਕੇ ਪਟੋਕੇ ਇੱਧਰ ਵੀ ਚਲਾਉਣੇ ਆਪਾਂ ਪਰ ਜੇ ਤੇ ਇਦਾਂ ਕੁੱਲ ਮਿਲਾ ਕੇ ਹੈ ਤੇ ਮਾੜਾ ਪਰ ਜਿੱਦਾਂ ਦੀ ਸਿਚੁਏਸ਼ਨ ਬਣੀ ਆ ਆਪਾਂ ਇਹ ਹੋਰ ਅਦਾਸ ਕਰਦੇ ਵੀ ਇਦਾਂ ਦੀ ਨਾ ਕਿਸੇ ਦੀ ਇਸਤੇ ਬਣੇ ਕਿਉਂਕਿ ਹੋ ਸਕਦਾ ਆਪਾਂ ਦੂਰ ਬੈਠੇ ਗੱਲਾਂ ਕਰ ਸਕਦੇ ਹੋਈਏ ਪਰ ਜਿਨ੍ਹਾਂ ਦੇ ਨਾਲ ਉਹ ਬੀਤਦੀ ਪਈ ਹੈ ਨਾ ਜਿਨ੍ਹਾਂ ਨੂੰ ਇਹ ਪਤਾ ਵੀ ਉਹ ਸਾਹਮਣੇ ਖਲੋਤਾ ਮੋਢੇ ਤੇ ਪਾਈ ਫਿਰਦਾ ਜੇ ਉਹਦਾ ਮਨ ਨਹੀਂ ਆ ਤੂੰ ਕਹਿੰਦਾ ਠੀਕ ਆ ਤੇ ਜੀ ਉਹਨੂੰ ਗੁੱਸਾ ਆ ਗਿਆ ਤੇ ਉਹਨੇ ਕੀ ਪਤਾ ਕਦੋਂ ਸਿੱਧੀ ਕਰ ਦੇਣੀ ਆ ਤੂੰ ਉਹਨੂੰ ਕਿਹੜਾ ਕਿਸੇ ਡੱਕ ਲੈਣਾ ਜੀ ਹੁਣ ਆ ਜਿਹੜੀ ਸਿਚੁਏਸ਼ਨ ਬਣ ਗਈ ਮੇਰੇ ਖਿਆਲ ਨਾਲ ਇਹ ਬੜੀ ਖਤਰਨਾਕ ਆ ਚਲੋ ਖैर ਇਹ ਹੁਣ ਦੇਸ਼ਾਂ ਦੇ ਵੱਡੇ ਵੱਡੇ ਨੇਤਾ ਵੇਖਣ ਭਾਈ ਸਾਹਿਬ ਜਿਨ੍ਹਾਂ ਦੀ ਚਲਦੀ ਹੈ ਉਨਾ ਦੇ ਬਾਠ ਦੀਆਂ ਦੇ ਨਾਂ ਗੁਰਪ੍ਰੀਤ ਸੰਧਾਲੀ ਦੇ ਆਖੇ ਕੋ ਗੱਲ ਬਣਨੀ ਤੇ ਆਪਣੇ ਕਿਆ ਬਣਨੀ ਤੇ ਆਪਾਂ ਮੈਂ ਉਦੋਂ ਅਮਰੀਕਾ ਵਾਲਿਆਂ ਦੇ ਹੈਲੀਕਾਪਟਰ ਦੀ ਚਾਬੀ ਕਾ ਲੈਣਾ ਨਾ 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 ਬਈ ਮੁਲਕ ਚ ਇਦਾਂ ਫੋਜਾਂ ਨਹੀਂ ਘੜਨੀਆਂ ਜੀ ਹੌਲੀ ਹੌਲੀ ਕੱਢੋ ਹੈ ਨਾ ਹੌਲੀ ਹੌਲੀ ਕੱਢੋ ਸੰਧਾਲੀਆ ਸਭ ਮੈਨੂੰ ਲੱਗਦਾ ਕਿ ਅੱਜ ਵੀ ਤਾਂ ਸਰਕਾਰ ਉਹਨਾਂ ਨੂੰ ਦਿੱਤੀ ਹੈ ਜਣੀ ਕਿਤੇ ਨਾ ਕਿਤੇ ਘਾਟ ਰਹੀ ਹੈ ਕੋਈ ਕਮਜ਼ੋਰੀ ਰਹੀ ਹੈ ਕਿ ਉਹ ਦੇਸ਼ ਜਿੱਥੇ 1979 '80 ਚ ਖੜਾ ਸੀ ਉੱਥੇ 2021 ਚ ਖੜਾ ਐਜ਼ ਇਟ ਇਜ਼ ਖੜਾ ਜਣੀ 40-42 ਸਾਲਾਂ ਚ ਦੁਨੀਆ ਕਿੱਥੇ ਦੀ ਕਿੱਥੇ ਚਲੀ ਗਈ ਉਦੋਂ ਇੰਟਰਨੈਟ ਮੋਬਾਈ ਉਹ ਉੱਥੇ ਹੀ ਖੜੇ ਨੇ ਦੁਨੀਆ ਅੱਗੇ ਵਧ ਗਈ ਹੁਣ ਉਥੋਂ ਦੇ ਲੱਖਾਂ ਲੋਕਾਂ ਦੀ ਇਸ ਬਰਬਾਦੀ ਦਾ ਜ਼ਿੰਮੇਵਾਰ ਕੌਣ ਹੈ ਹਥਿਆਰ ਉਹਨਾਂ ਕੋਲ ਕਿੱਥੋਂ ਆ ਗਏ ਭੁੱਖਮਰੀ ਫੈਲੂਗੀ ਦਵਾਈਆਂ ਨਹੀਂ ਜਾਣੀਆਂ ਉੱਥੇ ਸਿਹਤ ਸੇਵਾਵਾਂ ਨਹੀਂ ਹੋਣੀਆਂ ਛੋਟੇ ਛੋਟੇ ਬੱਚੇ ਕਪੋਸ਼ਣ ਦਾ ਸ਼ਿਕਾਰ ਹੋਣੇ ਆ ਉਹਨਾਂ ਸਾਰਿਆਂ ਦੇ ਜ਼ਿੰਮੇਵਾਰ ਕੌਣ ਹੈ ਸਾਨੂੰ ਨਿਠ ਕੇ ਸੋਚਣਾ ਪਊਗਾ ਜੀ ਆਪਾਂ ਹੁਣ ਪੰਜਾਬ ਵਾਲੇ ਪਾਸੇ ਵੀ ਆਈਏ ਦੇਖੋ ਪੰਜਾਬ ਦੀ ਸਿਆਸਤ ਬੜੀ ਅਜੀਬੋ ਗਰੀਬ ਹੋਈ ਪਈ ਹੈ ਇਸ ਵੇਲੇ ਅਜੀਬੋ ਗਰੀਬ ਤਾਂ ਖੈਰ ਕੋਈ ਵੀ ਨਹੀਂ ਇਨਾਂ ਚੋਂ ਅਜੀਬੋ ਅਮੀਰ ਕਹਿ ਸਕਦੇ ਆਪਾਂ ਉਹ ਕਿ ਸਿਆਸਤ ਖੇਡ ਹੀ ਹੈ ਅਮੀਰਾਂ ਦੀ ਮਹੱ ਉਹ ਦੇਖੋ ਵੀ ਇੱਕ ਪਾਸੇ ਜਦੋਂ ਸਿੱਧੂ ਸਾਹਿਬ ਪ੍ਰਧਾਨ ਬਣਦੇ ਨੇ ਤੇ ਫਿਰ ਉਹਨਾਂ ਨੂੰ ਲੱਗਦਾ ਵੀ ਹੌਲੀ-ਹੌਲੀ ਮੈਂ ਆਪਣਾ ਪਾਲਾ ਜਿਹੜਾ ਉਹ ਮਜ਼ਬੂਤ ਕਰਾਂ ਤੇ ਆਪਾਂ ਪਿਛਲੇ ਸਮੇਂ 'ਚ ਦੇਖਦੇ ਰਹੇ ਆਂ ਵੀ ਪ੍ਰਗਟ ਸਿੰਘ ਹੋਰਾਂ ਨੇ ਜਦੋਂ ਤੋਂ ਸਰਕਾਰ ਬਣੀ ਸੀ ਉਦੋਂ ਤੋਂ ਹੀ ਉਹਨਾਂ ਨੇ ਇੱਕ ਚਿੱਠੀ ਵਾਲਾ ਕੰਮ ਸ਼ੁਰੂ ਕੀਤਾ ਸੀ ਵੀ ਆਹ ਲਓ ਭਾਈ ਸਾਹਿਬ ਚਿੱਠੀ ਚਿੱਠੀ ਕਾਹਦੀ ਇੱਕ ਤਰ੍ਹਾਂ ਦਾ ਸ਼ੀਸ਼ਾ ਹੀ ਸੀਗਾ ਵੀ ਮਾਰੇ ਤੁਸੀਂ ਇੱਥੇ ਫਿਰਦੇ ਹੋ ਤੇ ਇੱਥੇ ਹੋਣਾ ਚਾਹੀਦਾ ਤੇ ਉਦੋਂ ਜੋ ਮਾਹੌਲ ਜਿਹਾ ਹੀ ਬਣਦਾ ਜਾਪਦਾ ਵੀ ਸ਼ਾਇਦ ਪ੍ਰਗਟ ਸਿੰਘ ਹੋਰੀ ਵੀ ਨਾ ਟਿਕਦੇ ਨਹੀਂ ਹੁਣ ਕਾਂਗਰਸ 'ਚ ਸਿੱਧੂ ਸਾਹਿਬ ਦਾ ਵੀ ਔਖਾ ਹੀ ਲੱਗਦਾ ਹੈ ਕਈ ਬੰਦੇ ਉਦੋਂ ਇਧਰੋਂ ਉਧਰੋਂ ਕਹਿੰਦੇ ਅਸੀਂ ਤੇ ਕਹਿ ਰਹੇ ਆਂ ਵੀ ਸਿੱਧੂ ਸਾਹਿਬ ਆਉਣ ਅਸੀਂ ਤੇ ਦਰਵਾਜ਼ੇ ਖੁੱਲੇ ਰੱਖੇ ਨੇ ਉਹ ਸਿੱਧੂ ਸਾਹਿਬ ਮੁੱਖ ਮੰਤਰੀ ਬਣ ਜਾਣ ਉਦੋਂ ਜਿਆਦਾ ਵੀ ਜਾਏ ਉਹ ਜਿਉ ਚੱਲੇ ਤੇ ਸ਼ਾਇਦ ਇਹਨਾਂ ਦਾ ਜਿਹੜਾ ਜਿਹੜਾ ਗਰੁੱਪ ਹੈ ਨਿਕਲ ਜੇ ਪਰ ਹੁਣ ਭਾਈ ਸਾਹਿਬ ਉਸ ਗਰੁੱਪ ਦੇ ਕੋਲ ਤਾਕਤ ਹੈ ਸਿੱਧੂ ਸਾਹਿਬ ਪ੍ਰਧਾਨ ਨੇ ਸਦਾ ਪ੍ਰਗਟ ਸਿੰਘ ਉਹਨਾਂ ਨੇ ਜਨਰਲ ਸਕੱਤਰ ਬਣਾਤਾ ਉਹਨਾਂ ਨੇ ਹੁਣ ਜਦੋਂ ਜਨਰਲ ਸੈਕਟਰੀ ਉਹ ਹੋਣਗੇ ਤੇ ਫਿਰ ਸੁਖ ਨਾਲ ਮਾਹੌਲ ਚੱਲ ਤੇ ਪੱਕਾ ਹੋ ਗਏ ਨਾ ਵੀ ਹੁਣ ਨਹੀਂ ਕਿਤੇ ਜਾਂਦੇ ਭਾਈ ਸਾਹਿਬ ਦੇ ਬੰਦੇ ਹੈਂ ਜਿਹੜਾ ਉਹਨਾਂ ਨੇ ਟਵੀਟ ਕੀਤਾ ਤੇ ਟਵੀਟ ਦੇ ਵਿੱਚ ਉਹਨਾਂ ਨੇ ਚਿੱਠੀ ਜਾਰੀ ਕੀਤੀ ਕਿ ਭਈਆ ਬਣਾਇਆ ਹੀ ਬੰਦਾ ਜਨਸਕੱਤਰ ਪਹਿਲੀ ਗੱਲ ਇਹਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਪੱਕੇ ਪੈਰੀਂਆਂ ਕਾਂਗਰਸ 'ਚ ਪੂਰੇ ਹਾਂ ਦੂਸਰਾ ਉਹਨਾਂ ਨੇ ਵਿੱਚ ਉਹਨਾਂ ਤਾਂ ਮੰਜਾ ਵੀ ਲਾ ਲ ਬਕਾਇਦਾ ਬੈੱਡ ਦੀ ਫੋਟੋ ਲਾਈ ਉਹ ਕਹਿੰਦੇ ਜੀ ਆਹ ਬੈੱਡ ਮੰਜਾ ਮੇਰੇ ਲਗਾ ਕਾਂਗਰਸ ਭਵਨ ਦੇ ਵਿੱਚ ਫਿਰਨਾ ਕਿਉਂ ਦੱਸਿਆ ਨਹੀਂ ਇੱਥੇ ਸਮਾਂਗੇ ਹਾਂ ਇੱਥੇ ਸਮਾਂਗੇ ਹੋਣ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਕਾਂਗਰਸ ਪਾਰਟੀ ਦੀ ਪ੍ਰਧਾਨ ਕਾਂਗਰਸ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਤਿੰਨ ਬੰਦਿਆਂ ਦੀ ਸਹਿਮਤੀ ਦੇ ਨਾਲ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਦੇ ਰੂਪ ਦੇ ਵਿੱਚ ਪ੍ਰਗਟ ਸਿੰਘ ਐਮਐਲਏ ਵਿਧਾਨ ਸਭਾ ਹਲਕਾ ਜਲੰਧਰ ਕੈਂਟਨੂ ਨਿਯੁਕਤ ਕਰਦਾ ਹਾਂ ਹੁਣ ਕੈਪਟਨ ਸਾਹਿਬ ਮਿਲ ਕੇ ਆਏ ਹਾਈ ਕਮਾਂਡ ਨੂੰ ਉਹ ਮੰਤਰੀ ਮੰਡਲ 'ਚ ਤਬਦੀਲੀ ਕਦੋਂ ਕਰਨਗੇ ਕੋਈ ਪਤਾ ਨਹੀਂ ਪਰ ਉਹਨਾਂ ਦੇ ਮੁਲਾਕਾਤ ਕਰਨ ਦੇ ਬਾਵਜੂਦ ਵੀ ਜੇ ਹਾਈ ਕਮਾਂਡ ਦੀ ਸਹਿਮਤੀ ਦੇ ਨਾਲ ਸਾਰਾ ਢਾਂਚਾ ਨਹੀਂ ਬਣਿਆ ਇਹ ਤਾਂ ਸਾਰੇ ਢਾਂਚੇ ਦਾ ਨੰਨ ਹੁੰਦਾ ਕਿ ਆ ਜਨਰਲ ਸਕੱਤਰ ਆ ਸਕੱਤਰ ਜਨਰਲ ਅਮੀਤ ਪ੍ਰਧਾਨਾ ਸੀਨੀਅਰ ਅਮੀਤ ਪ੍ਰਧਾਨਾ ਜ਼ਿਲ੍ਹਿਆਂ ਦੇ ਪ੍ਰਧਾਨ ਇੱਕ ਬੰਦੇ ਦੀ ਨਿਯੁਕਤੀ ਜਦੋਂ ਸਲਾਹਕਾਰ ਬਣਾਏ ਸੀ ਚਾਰ ਉਦੋਂ ਕਹਿੰਦੇ ਹਾਈ ਕਮਾਂਡ ਤੋਂ ਬਿਨਾ ਬਣਾ ਲੇ ਕਾਰਜਕਾਰੀ ਪ੍ਰਧਾਨਾ ਦੀ ਸਹਿਮਤੀ ਤੋਂ ਬਿਨਾ ਬਣਾ ਲੇ ਜੇ ਇਦਾਂ ਬਣਾਏ ਹੁੰਦੇ ਤਾਂ ਜਨਰਲ ਸਕੱਤਰ ਨਹੀਂ ਸੀ ਅਗਲੇ ਬਣਾਉਣ ਦੇਣਾ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਸ਼ਾਮ ਨੂੰ ਮਾੜੀ-ਮੋਟੀ ਹੌਟਲਾਈਨ ਦੇ ਉੱਤੇ ਉਹਨਾਂ ਦੀ ਕੋਈ ਗੱਲ ਹਾਈ ਕਮਾਂਡ ਨਾਲ ਚੱਲਦੀ ਹੈ ਦੂਸਰੀ ਗੱਲ ਹੁਣੇ ਦੇਖਣ ਵਾਲੀ ਹੈ ਕਿ ਪ੍ਰਗਟ ਸਿੰਘ ਦੇ ਜਨਨ ਸਕੱਤਰ ਬਣਨ ਦੇ ਨਾਲ ਕਾਂਗਰਸ ਪਾਰਟੀ ਦੇ ਅੰਦਰੂਨੀ ਸਮੀਕਰਨਾਂ 'ਚ ਕੀ ਫਰਕ ਪਊ ਉਹ ਬੰਦਾ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਕਾਂਗਰਸ 'ਚ ਆਇਆ ਸੀ ਹੂੰ ਨਵਜੋਤ ਸਿੰਘ ਸਿੱਧੂ ਦੇ ਨਾਲ ਹੀ ਖੜਾ ਰਿਹਾ ਜਦੋਂ ਉਸ ਬੰਦੇ ਨੇ ਚਿੱਠੀ ਲਿਖੀ ਉਹ ਕਈ ਮਹੀਨਿਆਂ ਦੇ ਬਾਅਦ মিডিਆ 'ਚ ਆਈ ਉਹਨਾਂ ਨੇ মিডিਆ ਨੂੰ ਨਹੀਂ ਦਿੱਤੀ ਆਮ ਤੌਰ ਤੇ ਲੀਡਰ ਪਹਿਲਾਂ ਚਿੱਠੀ মিডিਆ ਨੂੰ ਦੇਣ ਦੇ ਪਾਉਂਦੇ ਬਾਅਦ 'ਚ ਹੁੰਦੇ ਆ ਥੋਕ ਲਾ ਕੇ ਉਹ ਕਰਕੇ ਨਾ ਟਿਕਟ ਲਾ ਕੇ ਉਹ ਬਾਅਦ 'ਚ ਪਾਉਂਦੇ ਹੁੰਦੇ ਪਹਿਲਾਂ ਦਿਖਾਉਂਦੇ ਹੁੰਦੇ ਆ ਮੈਂ ਚਿੱਠੀ ਪਾਉਣ ਲੱਗੀ ਐ ਉਹ ਕਹਿੰਦੇ ਮੈਂ ਲਿਖੀ ਆ ਹੂੰ ਪਾਰਟੀ ਦਾ ਅੰਦਰੂਨੀ ਮਸਲਾ ਸੀ ਮੈਨੂੰ ਲੱਗਦਾ ਸੀ ਇਹ ਕੰਮ ਹੋਣੇ ਚਾਹੀਦੇ ਮੈਂ ਲਿਖੀ ਹੈ ਫਿਰ ਤੁਹਾਨੂੰ ਯਾਦ ਹੋਣਾ ਉਹਨਾਂ ਨੇ ਇੱਕ ਵਾਰੀ ਪੀਸੀ ਕਰਕੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਇਆ ਸੀ ਕਿ ਮੈਨੂੰ ਕੈਪਟਨ ਸਾਹਿਬ ਦੇ ਨੇੜਲੇ ਬੰਦੇ ਕੈਪਟਨ ਸੰਦੀਪ ਸੰਧੂ ਦਾ ਫੋਨ ਆਇਆ ਤੇ ਉਹ ਕਹਿੰਦੇ ਤੇਰੀਆਂ ਫਾਈਲਾਂ ਖੁੱਲਚਲੀਆਂ ਭਾਈ ਹੁਣ ਇਸ ਸਾਰੀ ਪ੍ਰਕਿਰਿਆ ਦੇ ਬਾਵਜੂਦ ਵੀ ਜੇ ਪ੍ਰਗਟ ਸਿੰਘ ਕਾਂਗਰਸ ਪਾਰਟੀ ਦੇ ਜਨਸ ਕਤਰ ਲੱਗਦੇ ਆ ਤੇ ਉਹ ਕਹਿੰਦੇ ਮੈਂ ਡਿਊਟੀ ਨਿਭਾਉਂਗਾ ਭਾਈ ਡਿਊਟੀ ਦਿੱਤੀ ਇਹ ਗੱਲ ਕਿਹੜੀ ਹੈ ਤਾਂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਅੰਦਰ ਹਰ ਰੋਜ਼ ਨਵਜੋਤ ਸਿੰਘ ਸਥਿਤੀ ਆਪਣੀ ਮਜ਼ਬੂਤ ਕਰੀ ਜਾਂਦੇ ਆ ਉਹ ਕਦੇ ਕਹਿੰਦੇ ਆ ਕਿ ਪਾਈ ਐਸੀ ਵਿਧਾਨ ਸਭਾ ਚ ਮਤਾ ਲਾਇਆ ਨਾ ਕਦੇ ਕਹਿੰਦੇ ਆ ਸਰਕਾਰ ਕਰ ਦਵੇ ਨਹੀਂ ਤਾਂ ਐਮ ਐਲ ਏ ਕਰ ਦੇਣਗੇ ਕਦੇ ਕਹਿੰਦੇ ਆ ਕਿ ਪਾਈ ਨਸ਼ਿਆਂ ਦੇ ਖਿਲਾਫ ਜਿਹੜਾ ਕੰਮ ਹਾਈ ਕੋਰਟ ਦੇ ਵਿੱਚ ਐ ਬੰਦ ਪਿਆ ਉਹਨੂੰ ਖੁਲਵਾਉਣ ਦੇ ਲਈ ਪੰਜਾਬ ਸਰਕਾਰ ਕੋਸ਼ਿਸ਼ ਕਰੇ ਕਦੇ ਕਹਿੰਦੇ ਆ ਕਿ ਬਿਜਲੀ ਸਮਝੌਤੇ ਰੱਦ ਹੋ ਸਕਦੇ ਆ ਵਿਧਾਨ ਸਭਾ ਦਾ ਸੈਸ਼ਨ ਸਦੋ ਇੱਕ ਤੋਂ ਬਾਅਦ ਇੱਕ ਉਹ ਐਸਾ ਜਾਲ ਬੁਣੀ ਜਾਂਦੇ ਆ ਜਿਹਦੇ ਵਿੱਚੋਂ ਸ਼ਾਇਦ ਉਹਨਾਂ ਦੀ ਆਪਣੀ ਪਾਰਟੀ ਦੀ ਸਰਕਾਰ ਨੂੰ ਨਿਕਲਣਾ ਔਖਾ ਹੋ ਜਾ ਉਹ ਨਹੀਂ ਉਹ ਤਾਂ ਹੈਗਾ ਪਰ ਇੱਕ ਗੱਲ ਤੇ ਕਲੀਅਰ ਰਹਿਣਾ ਦੇਖੋ ਇਹਦੇ ਦੋ ਮੈਸੇਜ ਗਏ ਪਹਿਲਾ ਮੈਸੇਜ ਤੇ ਇਹ ਗਿਆ ਵੀ ਕਈ ਬੰਦੇ ਜਿਹੜੇ ਇੱਧਰ ਉੱਧਰ ਅਜੇ ਵੀ ਮਤਲਬ ਸੱਜੇ ਖੱਬੇ ਹੋਣ ਵੀ ਯਾਰ ਉਹ ਕਿੱਧਰ ਜਾਈਏ ਇੱਕ ਕੈਪਟਨ ਮਰਿੰਦਰ ਸਿੰਘ ਉਰੀਆਂ ਇੱਕ ਸਿੱਧੂ ਸਾਹਿਬ ਨੇ ਉਹ ਇਹਰ ਕੈਪਟਨ ਮਰਿੰਦਰ ਸਿੰਘ ਨੂੰ ਇਹ ਅਹੁਦਾ ਦੇ ਸਕਦੇ ਅੱਛਾ ਇਹ ਗੱਲ ਠੀਕ ਆ ਹੁਣ ਜਦੋਂ ਇਧਰੋਂ ਸੋਰੀ ਸੁਣੀ ਹੋਣੀ ਗੱਲ ਉਹ ਤਾਂ ਉਹਦਾ ਦੇ ਤਰ ਨੇ ਉਹ ਅੱਛਾ ਇਧਰ ਵੀ ਉਹਦਾ ਮਿਲ ਜਾਂਦਾ ਚਲੋ ਫਿਰ ਸੋਚਦੇ ਹਾਂ ਹੁਣ ਕਿੱਧਰ ਜਾਣਾ ਇੱਕ ਤਾਂ ਇਹ ਹੋ ਗਿਆ ਵੀ ਜਿਹੜੇ ਬੰਦੇ ਨੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਪਏ ਪਏ ਭਾਈ ਸਾਹਿਬ ਸਿੱਧੂ ਸਾਹਿਬ ਕੋਲ ਜਿਹੜਾ ਹਰਾ ਪੈਨ ਹੈ ਨਾ ਤਾਕਤ ਉੱਚ ਵੀ ਹੈਗੀ ਹੈ ਨਾ ਕੁਛ ਨਾ ਕੁਛ ਉਹ ਵੀ ਕੁਰਸੀ ਮ ਦੂਜਾ ਮੈਸੇਜ ਮੈਨੂੰ ਜਿਆਦਾ ਵੀ ਜਿਹੜਾ ਤੁਰੰਤ ਗਿਆ ਉਹ ਗਿਆ ਜਗਵੀਰ ਬਰਾੜ ਉਹ ਰਾਂ ਲ ਹੁਣ ਦੇਖੋ ਕਾਰਨ ਇਹ ਹੈ ਵੀ ਜਲੰਧਰ ਕੈਂਟ ਹਲਕਾ ਉਹੋ ਹੀ ਕੈਂਟ ਹਲਕਾ ਜਿੱਥੋਂ ਪਹਿਲਾਂ ਜਗਵੀਰ ਬਰਾੜ ਹੁੰਦੇ ਹੁੰਦੇ ਸੀ ਫਿਰ ਉਹਨਾਂ ਦਾ ਕੋਈ ਆਪਸੀ ਰੌਲਾ ਰੱਪਾ ਪੈ ਗਿਆ ਜਦੋਂ ਮਨਪੇ ਬਾਦਲੋ ਰਾਂ ਪੀਪੀਪੀ ਬਣਾਈਆਂ ਕਿਉਂਕਿ ਰਿਸ਼ਤੇਦਾਰੀ ਸੀਗੀ ਤੇ ਰਿਸ਼ਤੇਦਾਰੀ ਦਾ ਕਰਕੇ ਉਹ ਕਹਿੰਦੇ ਵੀ ਜਿੱਧਰ ਵੀਰ ਨੇ ਜਾਣਾ ਉਧਰ ਫਿਰ ਮੈਂ ਜਾਣਾ ਇਦਾਂ ਫਿਰ ਕਿਦਾਂ ਵੱਲ ਉਦੋਂ ਜਿਉਂ ਜੇ ਮੈਂ ਗਲਤ ਨਹੀਂ ਤੇ ਪ੍ਰਗਟ ਸਿੰਘ ਉਹਨਾਂ ਨੂੰ ਸਿਆਸਤ ਚ ਲਿਆਏ ਸੁਖਵੀਰ ਸਿੰਘ ਬਾਦਲ ਸਾਹਿਬ ਕਹਿੰਦੇ ਪ੍ਰਗਟ ਸਿੰਘ ਠੀਕ ਹੈ ਯ ਹੁਣ ਜਿਲੰਦਰ ਕੈਂਟ ਹਲਕੇ ਤੋਂ ਜਗਵੀਰ ਬਰਾੜ ਹੋਰਾਂ ਦੇ ਜਾਣ ਤੋਂ ਬਾਅਦ ਪ੍ਰਗਟ ਸਿੰਘ ਹੁਣੀ ਆ ਗਏ ਉਸ ਤੋਂ ਬਾਅਦ ਪ੍ਰਗਟ ਸਿੰਘ ਹੁਣੀ ਰਹਿ ਤੇ ਫਿਰ ਪ੍ਰਗਟ ਸਿੰਘ ਹੁਣਾ ਅਕਾਲੀ ਦਲ ਦੇ ਵਿੱਚ ਰੌਲਾ ਪੈ ਗਿਆ ਵੀ ਨਹੀਂ ਨਹੀਂ ਮਹਾਰਾਜੇ ਠੀਕ ਨਹੀਂ ਕਰ ਰਹੇ ਜੋ ਵੀ ਹੈ ਸਹੀ ਨਹੀਂ ਹੈ ਫਿਰ ਸਿੱਧੂ ਸਾਹ ਦੇ ਨਾਲ ਪ੍ਰਗਟ ਸਿੰਘ ਹੁਣੀ ਛੱਡ ਕੇ ਅਕਾਲੀ ਦਲ ਤੇ ਕਾਂਗਰਸ ਚੱਲ ਗਏ ਤੇ ਹੋਇਆ ਕੀ ਵੀ ਜਗਵੀਰ ਬਰਾੜ ਸਾਹਿਬ ਤੇ ਆਲਰੇਡੀ ਕਾਂਗਰਸ ਚ ਆ ਗਏ ਸੀ ਮਨਪ੍ਰੀਤ ਬਾਲਰਾਂ ਦੇ ਨਾਲ ਐਤ ਕਿ ਮੈਨੂੰ ਜਾਪਦਾ ਵੀ ਆ ਪਿਛਲੇ 2 ਸਾਲ ਤੋਂ ਜਗਵੀਰ ਬਰਾੜ ਹੁਣੀ ਸੋਚਦੇ ਸੀਗੇ ਯਾਰ ਇਹ ਪ੍ਰਗਟ ਹੁਣੀ ਕਦੋਂ ਜਾਣਗੇ ਚਿੱਠੀ ਲਿਖੀ ਜਾਂਦੇ ਆ ਅਨਾਂ ਕੋਈ ਬਰਾੜ ਸਾਹਿਬ ਨੇੜੇ ਸੀ ਕੈਪਟਨ ਸਾਹਿਬ ਦੇ ਤੇ ਉਹਨਾਂ ਨੂੰ ਲੱਗਦਾ ਵੀ ਹਲਕਾ ਇਹ ਖਾਲੀ ਹੋ ਜਾਣਾ ਤੇ ਆਪਣਾ ਫਿਰ ਆਪਾਂ ਚਲਾਵਾਂਗੇ ਪਰ ਹੁਣ ਮੈਨੂੰ ਲੱਗਦਾ ਵੀ ਜਦੋਂ ਮਗਰਲੇ ਜੇ ਸਮੀਕਰਨ ਬਦਲੇ ਫਿਰ ਉਹਨਾਂ ਨੇ ਆਪ ਹੀ ਕਹਿ ਤਾਣਾ ਵੀ ਇੱਕ ਵੀਰ ਜੀ ਦੀ ਤੇ ਨਹੀਂ ਮੰਨੀ ਗਈ ਦੂਜੇ ਵੀਰ ਜੀ ਨਾਲ ਸੰਪਰਕ ਕਰੀਏ ਸੰਧਾਲੀਆ ਸਾਹਿਬ ਜੇ ਪੰਜਾਬ ਦੇ ਵਿੱਚ ਦਲ ਬਦਲੀ ਦਾ ਇਤਿਹਾਸ ਦੇਖਣਾ ਹੋਵੇ ਐਵਰੇਜ ਦੇਖਣੀ ਹੋਵੇ ਔਸਤ ਕੱਢਣੀ ਹੋਵੇ ਤਾਂ ਇਹ ਜਲੰਧਰ ਕੈਂਟਪ ਵਿਧਾਨ ਸਭਾ ਹਲਕਾ ਦੇਖਣਾ ਚਾਹੀਦਾ ਜਿਹੜਾ ਅੱਧਾ ਕਪੋਰਸ਼ਨ ਸ਼ਰੀਅਤ ਦੇ ਅਧੱਕ ਪਿੰਡੂ ਪੰਜਾਬ 'ਚ ਇਦਾਂ ਨਹੀਂ ਹੈ ਨਹੀਂ ਤਾਂ ਬਹੁਤੇ ਹਲਕੇ ਸ਼ਹਿਰੀ ਹੁੰਦੇ ਆ ਜਾਂ ਪਿੰਡੂ ਹੁੰਦੇ ਆ ਜਾਂ 20% ਹਿੱਸਾ ਹੁੰਦਾ ਇੱਥੇ 50-50 ਜਿਹਾ ਕੰਮ ਆ ਹੁਣ ਉੱਥੇ ਤੁਸੀਂ ਦੇਖੋ ਕਿ ਇੱਕ ਲੰਬੀ ਛੋੜੀ ਕਤਾਰ ਹੈ ਹਲਕਾ ਇਸ ਕਰਕੇ ਵੀ ਇੰਪੋਰਟੈਂਟ ਹੈ ਬੀਬੀ ਗਿਰ ਕਵਲ ਕੌਰ ਵੀ ਇੱਥੋਂ ਇਲੈਕਸ਼ਨ ਲੜਦੇ ਰਹੇ ਆ ਹੂੰ ਪਿਛਲੀ ਵਾਰੀ ਇੱਥੋਂ ਜਿਹੜੇ ਆਮ ਆਦਮੀ ਪਾਰਟੀ ਦੇ ਸਰਦਾਰ ਸਾਹਿਬ ਚੋਣ ਲੜੇ ਸੀ ਉਹ ਵਾਲੀ ਆ ਹਾਂ ਉਹ ਛੇਤੀ ਛੱਡ ਗਏ ਨਹੀਂ ਨਹੀਂ ਉਹ ਤਾਂ ਕਹਿੰਦੇ ਆਇਆ ਹੀ ਉਧਰੋਂ ਚਲੋ ਕੋਈ ਗੱਲ ਨਹੀਂ ਯਾਨੀ ਉਹ ਵੀ ਛੱਡ ਗਏ ਹੂੰ ਉਹਦੇ ਤੋਂ ਪਹਿਲਾਂ ਇੱਕ ਵਾਰੀ ਭਰਮਜੀਤ ਸਿੰਘ ਰਾਏਪੁਰਾ ਅਕਾਲੀ ਦਲ ਦੇ ਉਮੀਦਵਾਰ ਸੀ ਬੀਬੀ ਜਗੀਰ ਕੌਰ ਦੇ ਬਹੁਤ ਨੇੜੇ ਐਸ்சி ਪੀਸੀ ਦੇ ਮੈਂਬਰ ਉਹ ਵੀ ਪਾਰਟੀ ਛੱਡ ਗਿਆ ਉਹਨਾਂ ਨੇ ਪਿਛਲੇ ਜੇ ਮੱਕੜ ਸਾਹਿਬ ਨਾਲ ਪਲਾਰਦਾ ਰੌਲਾ ਪਾ ਲਿਆ ਸੀ ਇਹਦੇ ਤੋਂ ਬਿਨਾ ਤੁਸੀਂ ਦੇਖੋ ਕਿ ਪਿਛਲੇ 15 ਸਾਲਾਂ ਦੇ ਵਿੱਚ ਜਗਵੀਰ ਸਿੰਘ ਬਰਾੜ ਸਾਹਿਬ ਦੀ ਔਸਤ ਪੌਣੇ 4 ਸਾਲ ਦੀ ਨਿਕਲਦੀ ਹੈ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੇ ਕਿਉਂਕਿ ਰਿਸ਼ਤੇਦਾਰ ਨੇ ਉਹ 2007 ਦੇ ਵਿੱਚ ਬੀਡੀਪੀਓ ਦੇ ਅਹੁਦੇ ਤੋਂ ਅਸਤੀਫਾ ਦਵਾ ਕੇ ਇਧਰ ਲੈ ਇਲੈਕਸ਼ਨ ਲੜੀ ਬੀਬੀ ਜੀ ਨੂੰ ਹਰਾਇਆ ਗੁਰਕਮਲ ਕੌਰ ਨੂੰ ਜਿੱਤ ਗਈ ਠੀਕ 4 ਸਾਲ ਬਾਅਦ 2011 ਦੇ ਵਿੱਚ ਜਦੋਂ ਪੀਪਲਸ ਪਾਰਟੀ ਆ ਪੰਜਾਬ ਮਨਪੀਤ ਬਾਦਲ ਨੇ ਬਣਾਈ ਹੈ ਉਧਰ ਚਲੇ ਗਏ ਪਰ ਜਦੋਂ ਦੇਖਿਆ ਕਿ 3-4 ਮਹੀਨਿਆਂ ਦੇ ਵਿੱਚ ਹਵਾ ਨਿਕਲਦੀ ਲੱਗਦੀ ਹੈ ਪਹਿਲਾਂ ਅਕਾਲੀ ਦਲ ਸੀ ਫਿਰ ਪੀਪੀਪੀ ਚਲੇ ਗਿਆ ਇਲੈਕਸ਼ਨ ਤੋਂ ਪਹਿਲਾਂ ਹੀ ਕੈਪਟਨ ਸਾਹਿਬ ਦੇ ਕੋਲੇ ਚਲੇ ਗਿਆ ਉਥੋਂ ਕਾਂਗਰਸ ਚਾਏ ਕਾਂਗਰਸ ਦੇ ਵਿੱਚੋਂ 2012 ਦੀ ਚੋਣ ਲੜੀ ਉਹਨਾਂ ਦੇ ਦੰਦ ਖੱਟੇ ਕਰਨ ਦੇ ਲਈ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਗਟ ਸਿੰਘ ਹੋਰਾਂ ਨੂੰ ਲੈ ਆਏ ਜਗਬੀਰ ਬਰਾੜ ਹਾਰ ਗਿਆ 2017 ਦੇ ਵਿੱਚ ਪ੍ਰਗਟ ਸਿੰਘ ਹੋਰੀ ਇੱਧਰਲੇ ਪਾਸੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਹੀ ਆ ਗਏ ਤੇ ਜਦੋਂ ਸਿੱਧੂ ਸਾਹਿਬ ਦੇ ਰਾਹੀ ਆ ਗਿਆ ਤਾਂ ਫਿਰ ਉਦੋਂ ਜਗਵੀਰ ਬਰਾੜ ਹੋਰਾਂ ਦੇ ਕੋਲੇ ਇੱਕੋ ਹੀ ਚਾਰਾ ਸੀ ਕਿ ਜਾਂ ਤਾਂ ਪਾਰਟੀ ਛੱਡ ਜਾਣ ਤੇ ਜਾਂ ਉਹਨਾਂ ਨੂੰ ਨਕੋਦਰ ਦਿੱਤਾ ਸੀ ਕਿਉਂਕਿ ਅਮਰਜੀਤ ਸਿੰਘ ਸਮਰਾ ਹਾਬਕਾ ਮੰਤਰੀ ਉਹ ਕਹਿੰਦੇ ਸੀ ਮੈਂ ਹੁਣ ਰਹਿਣ ਦਿਓ ਠੀਕ ਹੈ ਮੈਂ ਨਹੀਂ ਚੋਣ ਲੜਨੀ ਨਕੋਦਰ ਭੇਜ ਦਿੱਤੇ ਜਗਵੀਰ ਬਰਾੜ ਤਿਸਵੇ ਤੇ ਆਏ ਪਰ ਹੁਣ ਇੱਥੇ ਦੇਖਣ ਵਾਲੀ ਗੱਲ ਕੀ ਹੈ ਦੇਖਣ ਵਾਲੀ ਗੱਲ ਇਹ ਹੈ ਕਿ ਹੁਣ ਜਦੋਂ ਜਗਵੀਰ ਬਰਾੜ ਵਾਪਸ ਮੁੜਿਆ ਆ ਅਕਾਲੀ ਦਲ ਅਕਾਲੀ ਦਲ ਤੋਂ ਪੀ 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 ਤੋਂ ਕਾਂਗਰਸ ਕਾਂਗਰਸ ਤੋਂ ਅਕਾਲੀ ਦਲ ਚੌਥੀ ਪਾਰਟੀ ਆ 15 ਸਾਲਾਂ ਦੇ ਵਿੱਚ ਤੇ ਪੌਣੇ 4 ਸਾਲ ਐਵ ਸਭ ਤੋਂ ਵੱਡਾ ਝਟਕਾ ਹੋਣਾ ਅਕਾਲੀ ਦਲ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਸੀ ਕਿ ਅਸੀਂ ਦੁਆਬੇ ਦੇ ਵਿੱਚ ਉੱਪਰ ਹੋਈਏ। ਬਹੁਤ ਵੱਡਾ ਨਵਜੋਤ ਸਿੰਘ ਸਿੱਧੂ ਨੂੰ ਰੋਕਣ ਦੇ ਲਈ ਉਹਨਾਂ ਨੇ ਪ੍ਰਗਟ ਸਿੰਘ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ। ਕਿ ਨਹੀਂ ਤਾਂ ਪ੍ਰਗਟ ਸਿੰਘ ਤੋਂ ਸਾਰੇ ਪੰਜਾਬ 'ਚ ਪ੍ਰਚਾਰ ਕਰਾਉ ਨਵਜੋਤ ਸਿੰਘ ਸਿੱਧੂ। ਇੱਥੇ ਹੀ ਬਿਵਾਸਾ ਲਾਓ ਭਾਈ ਬੰਦੇ ਨੂੰ ਠੇਡਾ ਲਾਓ ਨਵਜੋਤ ਸਿੰਘ ਸਿੱਧੂ ਨੂੰ ਬਿਵਾਸਾ ਸਕਦੇ ਉੱਥੇ। ਸਿਆਸੀ ਤੌਰ ਤੇ ਗੱਲ ਬਣਦੀ ਆ ਕਰੋ। ਪਰ ਅਕਾਲੀ ਦਲ ਨੇ ਜਿਹੜਾ ਪੈਂਤੜਾ ਲਿਆ ਉਹਦਾ ਨੁਕਸਾਨ ਕੀ ਹੋ ਸਕਦਾ ਤੁਸੀਂ ਦੇਖੋ ਬੌਧਜਨ ਸਮਾਇ ਪਾਰਟੀ ਨਾਲ ਗੱਠਜੋੜ ਕੀਤਾ ਅਕਾਲੀ ਦਲ ਨੇ। ਬੌਧਜਨ ਸਮ ਭਾਜਪਾ ਨਾਲ ਟੁੱਟ ਗਈ ਜਲੰਧਰ ਸ਼ਹਿਰ ਦੀ ਸੈਂਟਰਲ ਸੀਟ ਜਿਹੜੀ ਸੀ ਉੱਥੋਂ ਕਮਲਜੀਤ ਸਿੰਘ ਪਾਟਿਆ ਗੁੱਸੇ ਹੋ ਗਿਆ ਅੱਜ ਚਲੋ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਘਰੇ ਗਏ ਮਨਾ ਲਿਆ ਪਰ ਕਿੰਨੇ ਕ ਮੰਨਦੇ ਐ ਇਹ ਤਾਂ ਬਾਅਦ ਚ ਪਤਾ ਲੱਗੂ ਅਗਲੇ ਤੋਂ ਵਿਧਾਨ ਸਭਾ ਦੀ ਸੀਟ ਖੁੱਸੀ ਐ ਦੂਸਰੇ ਨੰਬਰ ਦੇ ਉੱਤੇ ਪਿਛਲੀ ਵਾਰ ਇੱਥੋਂ ਸਰਜੀ ਸਿੰਘ ਮੱਕੜ ਨੂੰ ਜਲੰਧਰ ਕੈਂਟ ਤੋਂ ਟਿਕਟ ਦਿੱਤੀ ਸੀ 30000 ਵੋਟਾਂ ਲਈਆਂ ਤੇ ਪ੍ਰਗਟ ਸਿੰਘ ਨੂੰ 60000 ਮਿਲੀਆਂ ਸੀ ਉਹ ਸਰਜੀ ਸਿੰਘ ਮੱਕੜ ਜਿਹੜੇ ਪੈਸੇ ਥੇਲੇ ਪੱਖੋਂ ਸੌਖੇ ਬਹੁਤ ਐ ਜਿਹੜੇ ਪਹਿਲਾਂ ਆਦਮਪੁਰ ਦੇ ਵਿਧਾਇਕ ਸੀ ਸੀਟ ਰਿਜ਼ਰਵ ਹੋਗੀ ਫਰੋਂ ਕਿਹਾ ਰਾਣਾ ਗਰਜੀਤ ਸਿੰਘ ਬੜੇ ਤਕੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਮੱਕੜ ਸਾਹਿਬ ਤੁਸੀਂ ਵਗਾਲਾ ਕਰ ਸਕਦੇ ਆ ਕਪੂਰਥਲੇ ਭੇਜ ਤੇ ਕਪੂਰਥਲੇ ਜਾ ਕੇ ਉਹਨਾਂ ਨੇ ਜਗਾੜਜਾ ਬਣਾਇਆ ਦੇਖਿਆ ਕਿ ਭਾਈ ਇੱਥੇ ਗੱਲ ਨਹੀਂ ਬਣਨੀ ਜਲੰਧਰ ਕੈਂਟ ਲੈ ਜਾਂਦੇ ਕਿ ਭਾਈ ਪ੍ਰਗਟ ਸਿੰਘ ਚਲੇ ਗਿਆ ਮੱਕੜ ਸਾਹਿਬ ਤੁਸੀਂ ਇੱਥੇ ਆਓ ਥੋੜਾ ਸ਼ਹਿਰ ਹੈ ਅੱਜ ਜਦੋਂ ਐਸ ਵੇਲੇ ਜਗਵੀਰ ਬਰਾੜ ਨੂੰ ਸ਼ਾਮਲ ਕੀਤਾ ਤੇ ਰੌਲਾ ਪੈ ਗਿਆ ਸਰਜੀਤ ਸਿੰਘ ਮੱਕੜ ਨੇ ਆਪਣੀ ਮੀਟਿੰਗ ਰੱਖ ਲਈ ਉਹ ਕਹਿੰਦੇ ਮੈਂ 4 ਦਿਨ ਪਹਿਲਾਂ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਮਿਣਿਆ ਮੈਨੂੰ ਕਹਿੰਦੇ ਨਾ 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 ਰੈਲੀਆਂ ਦਿੰਨੇ ਆ ਤੁਹਾਨੂੰ ਰੈਲੀਆਂ ਤੁਸੀਂ ਛੇਤੀ ਕਰੋ ਤੁਸੀਂ ਜਾ ਕੇ ਤਿਆਰੀ ਕਰੋ ਮੈਂ ਕਹਿੰਦਾ ਮੀਟਿੰਗ ਰੱਖ ਕੇ ਬੈਠਾ 5000 ਵਰਕਰਾਂ ਦਾ ਇਕੱਠ ਕੀਤਾ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਮੈਂ ਸਵੇਰੇ ਫਿਰ ਫੋਨ ਕੀਤਾ ਜੇ ਪਤਾ ਲੱਗਾ ਜਲੰਧਰ ਆ ਰਿਹਾ ਕਹਿੰਦੇ ਨਹੀਂ ਉਹ ਕਹਿੰਦਾ ਮੈਨੂੰ ਦੱਸਿਆ ਹੀ ਨਹੀਂ ਤੇ ਮੇਰੇ ਇਕੱਠ ਦੇ ਵਿੱਚ ਪਹਿਲਾਂ ਗੁਰਪ੍ਰਤਾਪ ਸਿੰਘ ਬਡਾਲਾ ਨਕੋਦਰ ਵਾਲੇ ਐਮ ਐਲ ਏ ਬੋਲ ਕੇ ਗਏ ਆ ਤੇ ਉਹਦੇ ਤੋਂ ਬਾਅਦ ਜਗਬੀਰ ਸਿੰਘ ਬਰਾੜ ਨੂੰ ਸ਼ਾਮਲ ਕਰਕੇ ਤੁਸੀਂ ਤਰੱਕੀਆਂ ਦੇਖੋ ਸਿਆਸੀ ਤੌਰ ਤੇ ਕਿੱਦਾਂ ਮਿਲਦੀਆਂ ਜਿਹੜਾ ਬੰਦਾ 9 ਸਾਲ ਪਹਿਲਾਂ ਅਕਾਲੀ ਦਲ ਛੱਡ ਕੇ ਚਲਾ ਗਿਆ ਸੀ ਇੱਕੋ ਮੰਟ ਦੇ ਵਿੱਚ ਵਿਧਾਨ ਸਭਾ ਦਾ ਉਮੀਦਵਾਰ ਵੀ ਜਗਵੀਰ ਸੁੰਬਰਾੜ ਪਾਰਟੀ ਦਾ ਜਨਸਕੱਤਰ ਵੀ ਤੇ ਹੁਣ ਜੇ ਸਰਬਜੀਤ ਸਿੰਘ ਮੱਕੜ ਇਥੋਂ ਔਖੇ ਨੇ ਥੋੜਾ ਨੁਕਸਾਨ ਆਦੋਂ ਪਰਚ ਵੀ ਕਰ ਸਕਦੇ ਆ ਥੋੜਾ ਨੁਕਸਾਨ ਕਪੂਰਥਲੇ ਚ ਵੀ ਕਰ ਸਕਦੇ ਆ ਜੇ ਭਾਵੇਂ ਅੱਜ ਲੱਗਦਾ ਕਿ ਕਮਲਜੀਤ ਸਿੰਘ ਪਾਰਟੀਆਂ ਮੰਨ ਗਏ ਆ ਪਰ ਅੰਦਰ ਖਾਤੇ ਕਿੰਨਾ ਕੁ ਮੰਨਦੇ ਆ ਉਹ ਵੀ ਦੇਖਣ ਵਾਲੀ ਗੱਲ ਹੈ ਆਦਮਪੁਰ ਵਾਲੀ ਸੀਟ ਬਸਪਾ ਨੂੰ ਦਿੱਤੀ ਹੈ ਸੇਟ ਸਤਪਲ ਮੰਨ ਲਓ ਉੱਥੇ ਕੀ ਕਰਨਗੇ ਜਿਹੜੇ ਪਿਛਲੀ ਵਾਰ ਦੇ ਕੈਂਡੀਡੇਟ ਸੀ ਇਹ ਵੀ ਦੇਖਣਾ ਪਊਗਾ ਜਿਹੜੀ ਉਹ ਤਾਂ ਕਹਿਤਾ ਮੱਕੜ ਸਾਹ ਨੇ ਕਹਿੰਦੇ ਵਿਸ਼ਵਾਸ ਘਾਤ ਕੀਤਾ ਸੁਖਵੀਰ ਬਾਲ ਨੇ ਦਾਗ ਮੇਰੀ ਪੱਗ ਨੂੰ ਦਾਗ ਲਾਇਆ ਕਹਿੰਦੇ ਇਦਾਂ ਨਹੀਂ ਸੀ ਕਰਨੀ ਚਾਹੀਦੀ ਦੇਖੋ ਗੱਲ ਇਹ ਆ ਵੀ ਇੱਕ ਚੀਜ਼ ਤੇ ਹੈਗੀ ਇੱਥੋਂ ਸਿਆਸਤ ਦਾ ਇਹ ਪਤਾ ਲੱਗਦਾ ਵੀ ਭਾਈ ਸਾਹਿਬ ਉਹ ਕਹਿੰਦੇ ਹੁੰਦੇ ਆ ਵੀ ਮਤਲਬ ਭਰਾ ਭਰਾਵਾਂ ਦੇ ਤੇ ਚੇਚੜਕਾਵਾਂ ਦੇ ਵਾਲੀ ਗੱਲਬਾਤ ਹੋ ਗਈ ਕਿਉਂਕਿ ਦੇਖੋ ਉਹ ਗੱਲਬਾਤ ਕਰਦੇ ਆ ਅਨਾਉਂਸਮੈਂਟ ਦੇ ਮੌਕੇ ਤੇ ਸੁਖਵੀਰ ਬਾਲ ਸਾਹਿਬ ਨੇ ਜਿਹੜਾ ਸ਼ਬਦ ਵਰਤਿਆ ਆਪਾਂ ਫ ਉਹ ਕਹਿੰਦੇ ਮੈਂ ਬੜੀ ਧੀਰ ਤੋਂ ਮਗਰ ਲੱਗਾ ਇਹਦੇ ਮੈਂ ਆਖਾ ਵੀ ਬਰਾੜ ਆਉਣਾ ਤੇ ਤੈਨੂੰ ਪੈਣਾ ਉਹ ਰਿਸ਼ਤੇਦਾਰੀ ਵੀ ਆਪਣੀ ਫਿਰ ਹੁਣੇ ਨੂੰ ਆਉਣਾ ਤੇ ਪੈਣਾ ਹੀ ਫਿਰ ਬਰਾੜ ਸਾਹਿਬ ਹੀ ਲਾ ਕੇ ਗੋਡਾ ਘਟ ਗਿਆ ਸੀ ਜਾਂਦੇ ਕੋਈ ਨਿਆਂ ਦੀਆਂ ਜੀ ਨਹੀਂ ਠੀਕ ਹੈ ਜਿੱਦਾਂ ਤੁਸੀਂ ਆਨੇ ਆ ਨਾ ਹੁਣ ਕਾਰਨ ਹੈ ਵੀ ਉਹ ਰਿਸ਼ਤੇਦਾਰੀ ਜਿਹੜੀ ਆ ਉਹ ਸੁਖਵੀਰ ਬਾਲ ਸਾਹਿਬ ਨਹੀਂ ਹੈਗੀ ਰਿਸ਼ਤੇਦਾਰੀ ਬਣਦੀ ਹੈ ਮਨਪ੍ਰੀਤ ਬਾਲ ਸਾਹਿਬ ਨਾਲ ਹੁਣ ਜਦੋਂ ਆਹ ਗੱਲ ਕਰਾਂਗੇ ਰਿਸ਼ਤੇਦਾਰੀ ਵਾਲੀ ਤੇ ਬੜਾ ਨੈਚਰਲ ਹੋਣਾ ਆਪਣੇ ਵਾਲਾ ਜਿਹੜਾ ਬਹਿਕਮਾ ਅੱਗੇ ਬੈਠਾ ਪੱਤਰਕਾਰ ਭਾਈਚਾਰਾ ਉਹਨਾਂ ਤੇ ਪੁੱਛਣਾ ਹੈ ਵੀ ਬਾਲ ਸਾਹਿਬ ਰਿਸ਼ਤੇਦਾਰੀ ਉਹਦੇ ਨਾਲ ਨਹੀਂ ਬਣਦੀ ਮੇਰੀ ਕਹਿੰਦੇ ਉਹਦੇ ਬੰਦੇ ਉਲਟਾ ਪਰ ਇਹ ਗੱਲਦੇ ਤਾਂ ਨਹੀਂ ਛੋੜੇ ਹੁੰਦੇ ਆ ਕਹਿੰਦੇ ਸਿੰਪਲ ਜੀ ਗੱਲ ਆ ਉਹਨੂੰ ਜਦੋਂ ਪੁੱਛੇ ਉਹਨਾਂ ਨੇ ਨਾ ਖਜ਼ਾਨਾ ਖਾਲੀ ਕਹਿੰਦੇ ਤੁਸੀਂ ਮੈਨੂੰ ਜਦੋਂ ਪੁੱਛੋ ਮੈਂ ਨਾ ਹਾਂ ਖਜ਼ਾਨਾ ਭਰਿਆ ਕਹਿੰਦੇ ਸਾਡਾ ਤਾਂ ਬਿਲਕੁਲ ਉਲਟ ਫੇਰ ਆ ਉਹਦੇ ਨਾਲ ਸਾਡੀ ਕੋਈ ਗੱਲ ਨਹੀਂ ਮਤਲਬ ਜਿਹੜੇ ਬੰਦੇ ਦਾ ਰਿਸ਼ਤੇਦਾਰ ਆ ਉਸ ਭਰਾ ਨਾਲ ਮੇਰੀ ਕੋਈ ਗੱਲ ਨਹੀਂ ਉਦਾਂ ਹੀ ਬੰਦਾ ਆਪਣਾ ਰਿਸ਼ਤੇਦਾਰ ਹੈ ਤੇ ਇਹਦੇ ਨਾਲ ਆਪਣੀ ਪੂਰੀ ਗੱਲ ਆ ਜਿਹਦਾ ਕਰਕੇ ਉਹ ਬੰਦਾ ਵਿਚਾਰਾ ਜਿਹੜਾ ਕੱਟ ਕਰਨ ੜਿਆ ਨਹੀਂ ਨਹੀਂ ਮੈਂ ਤਾਂ ਨਹੀਂ ਆਉਣਾ ਜਲੰਦਰ ਤੁਹਾਨੂੰ ਕਿਹਨੇ ਕਿਹਾ ਤਾਂ ਅੱਛਾ ਉਹ ਅੱਛਾ ਹੋਰ ਸੁਣੋ ਜਿਹੜੇ ਨਾਲ ਦੇ ਬੰਦੇ ਉਹ ਕਿੰਨੇ ਪੱਕੇ ਆ ਉਹਨਾਂ ਨੂੰ ਪਤਾ ਸੀ ਯਾਰ ਵੀ ਇਹਦਾ ਮੱਕੜ ਸਾਹਿਬ ਨੂੰ ਮਿਲ ਕੇ ਮੁੜ ਕੇ ਜ਼ੁਬੀਰ ਬਾਲ ਸਾਹਿਬ ਕੋਲ ਵੀ ਜਾਣਾ ਉਹਨਾਂ ਨੇ ਵੀ ਦੱਸਿਆ ਹਾਂ ਉਹਨਾਂ ਨੇ ਵੀ ਦੱਸਿਆ ਉੱਥੇ ਬੈਠੇ ਪਰ ਕੁੱਲ ਬਣਾ ਕੇ ਸਿਆਸੀ ਰੰਗ ਸ਼ੁਰੂ ਹੋ ਗਏ ਆ ਲੱਸੀ ਆ ਚਾਟੀ ਚੋਂ ਕਢੋ ਉਹਦੇ ਪੀਣੀ ਉਹਦਾ ਪੀ ਲਓ ਲੂਣ ਪਾ ਕੇ ਪੀ ਨਹੀਂ ਲੂਣ ਪਾ ਕੇ ਪੀ ਲੋ ਸ਼ੱਕਰ ਤਾਂ ਨਹੀਂ ਤਾਂ ਵੱਟ ਤੇ ਪਈ ਹੈ ਨਹੀਂ ਥੋੜਾ ਪਾਣੀ ਪਾਓ ਪਾਣੀ ਪਾਓ ਥੋੜਾ ਪਤਲੀ ਕਰੋ ਹੈਨਾ ਜੇ ਜਾਪੇ ਨੇ ਅਜੇ ਮੋਟੀ ਕਹਿੰਦਾ ਹੋਰ ਥੋੜੀ ਬਦਲੀ ਕਰੋ ਨਹੀਂ ਜ਼ਰੂਰੀ ਨਹੀਂ ਮੋਟੀ ਹੋਵੇ ਤਾਂ ਪਤਲੀ ਕਰੀ ਦੀ ਥੋੜੀ ਹੋਵੇ ਤਾਂ ਵੀ ਪਤਲੀ ਕਰਕੇ ਪੀ ਦੀ ਚਲੋ ਇਹ ਜੋ ਵੀ ਹੈ ਕੋਲ ਬਣਾ ਕੇ ਇਸ ਹਿਸਾਬ ਨਾਲ ਚੱਲੀ ਜਾਂਦਾ ਵੀ ਪਾਰਟੀਆਂ ਇਧਰੋਂ ਉਧਰੋਂ ਉਧਰੋਂ ਉਧਰ ਚੱਲਦੀਆਂ ਇਹ ਪਾਰਟੀ ਤਬਦੀਲੀ ਦੇ ਵਿੱਚ ਇੱਕ ਗਲਤ ਹੈਗੀ ਆ ਵੀ ਦੋ ਕਾਰਨ ਹੁੰਦੇ ਇੱਕ ਤੇ ਹੁੰਦਾ ਵੀ ਜਦੋਂ ਬੰਦੇ ਦੀ ਆਪਣੀ ਮਜਬੂਰੀ ਹੋਵੇ ਮੈਨੂੰ ਕੋਈ ਰਾਹ ਨਹੀਂ ਮਿਲਦਾ ਉਹ ਤਾਂ ਪਾਰਟੀ ਬਦਲਦਾ ਜਾਂ ਜਦੋਂ ਉਹਨੂੰ ਇਹ ਜਾਬਦ ਹੁੰਦਾ ਵੀ ਯਾਰ ਉਹ ਫਲਾਣੇ ਥਾਂ ਦੇ ਉੱਪਰ ਗੱਲ ਬਣ ਜਾਨੀ ਆ ਤਾਂ ਜਾਂਦਾ। ਇੱਕ ਉਹ ਸੁਸ਼ਮਤਾ ਦੇਵ ਵੀ ਤੇ ਹੈ ਨਾ ਬੀਬੀ। ਆਸਾਮ ਪੱਛਮੀ ਮੰਗਾਲ ਵਾਲੀ। ਉਹ ਕਾਂਗਰਸ ਪਾਰਟੀ ਜਗਲੀ ਲੀਡਰ ਸੀ ਕਹਿੰਦੇ ਐਮਪੀ ਵੀ ਸੀ। ਫਿਰ ਉਹਨੂੰ ਵੀ ਤੇ ਕੁਝ ਲੱਗਾ ਹੀ ਹੋਗਾ ਵੀ ਨਹੀਂ ਹੁਣ ਮੈਡਮ ਸੋਨੀਆ ਗਾਂਧੀ ਨਹੀਂ। ਹੁਣ ਮੈਡਮ ਜਿਹੜੀ ਆਪਣੀ ਦੂਸਰੀ ਮਮਤਾ ਬੇਨਰਜੀ ਉੱਧਰ ਜਾਣ ਦਾ ਟਾਈਮ ਆ ਗਿਆ। ਬੀਬੀ ਸਿਆਣੀ ਨਿਕਲੀ। ਹਮ। ਸਿਆਣੀ ਇਸ ਕਰਕੇ ਨਿਕਲੀ ਕਿ ਪਹਿਲਾਂ ਕੋਈ ਵੇਲਾ ਹੁੰਦਾ ਸੀ ਜਾਨੀ ਛੋਟੀ ਲੀਡਰ ਨਹੀਂ ਹੈ ਜੋ ਤੁਸੀਂ ਚਰਚਾ ਕੀਤੀ ਤੇ ਲੀਡਰ ਵੱਡੀ ਆ ਬੀਬੀ। ਇਕ ਤਾਂ ਕਾਂਗਰਸ ਪਾਰਟੀ ਦਾ ਜਿਹੜਾ ਮਹਿਲਾ ਵਿੰਗ ਆ ਉਹਦੀ ਕੌਮੀ ਪ੍ਰਧਾਨ ਰਹੀ ਹੈ ਸਾਰੇ ਦੇਸ਼ ਦੀ ਫਿਰ ਕਾਂਗਰਸ ਪਾਰਟੀ ਦੀ ਸਪੋਕਸਪਰਸਨ ਰਹੀ ਹੈ ਨੈਸ਼ਨਲ ਲੈਵਲ ਦੀ ਉਹਦੇ ਤੋਂ ਬਾਅਦ ਐਮਪੀ ਰਹੀ ਹੈ ਉਹਨੇ ਚਿੱਠੀ ਦੇਖੋ ਕਿੰਨੇ ਸੱਭੇਕ ਸ਼ਬਦਾਂ ਚ ਲਿਖੀ ਬੀਬੀ ਸੋਨੀਆ ਗਾਂਧੀ ਨੂੰ ਕਿ ਤੁਹਾਡਾ ਧੰਨਵਾਦ ਤੁਹਾਡੀ ਪਾਰਟੀ ਚ ਮੈਂ ਕੰਮ ਕੀਤਾ ਮੈਂ ਹੁਣ ਆਪਣੀ ਨਵੀਂ ਪਾਰੀ ਸ਼ੁਰੂ ਕਰਨੀ ਹੈ ਤੇ ਮੈਂ ਅਸਤੀਫਾ ਦੇਣੀ ਕੋਈ ਸ਼ਬਦ ਨਹੀਂ ਲਿਖਿਆ ਕਿ ਤੁਸੀਂ ਮਾੜੇ ਹੋ ਤੁਸੀਂ ਚੰਗੇ ਹੋ ਤੁਸੀਂ ਪਰਿਵਾਰ ਬਾਅਦ ਆਮ ਤੌਰ ਤੇ ਇਦਾਂ ਹੀ ਕਰਦੇ ਨੇ ਤੇ ਚੁੱਪ ਕਰਕੇ ਜਾ ਕੇ ਬੀਬੀ ਮਮਤਾ ਬੇਨਰਜੀ ਦੀ ਤ੍ਰਿਨਾਮੂਲ ਕਾਂਗਰਸ ਦੇ ਵਿੱਚੋਂ ਬੀਬੀ ਸ਼ਾਮਿਲ ਹੋ ਗਈ ਹੁਣ ਰੌਲਾ ਇੱਥੇ ਨਹੀਂ ਮੁੱਕਦਾ ਪਹਿਲੀ ਗੱਲ ਤੇ ਕਿ ਬੀਬੀ ਮਮਤਾ ਬੇਨਰਜੀ ਕੌਮੀ ਪੱਧਰ ਦੇ ਉੱਤੇ ਆਉਣਾ ਚਾਹੁੰਦੇ ਆ ਤੇ ਜਿਹੜੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਆ ਤੇ ਸਭ ਤੋਂ ਵੱਧ ਸਮਾਂ ਜਿਹਨੇ ਦੇਸ਼ ਤੇ ਰਾਜ ਕੀਤਾ ਉਹਦੇ ਵਿੱਚੋਂ ਬੰਦੇ ਉੱਠੜ ਕੇ ਉਧਰ ਜਾਂਦੇ ਆ ਹੂੰ ਦੂਸਰਾ ਕਪਲ ਸੇਪਲ ਬਹੁਤ ਵੱਡੇ ਲੀਡਰ ਨੇ ਕਾਂਗਰਸ ਤੇ ਜਿਹੜੀ ਗੱਲ ਉਹਨਾਂ ਨੇ ਕਹਿ ਦਿੱਤੀ ਨਾ ਉਹ ਕਾਂਗਰਸ ਪਾਰਟੀ ਨੂੰ ਪੁਣਛਣ ਕਰਕੇ ਦੇਖਣੀ ਚਾਹੀਦੀ ਉਹ ਕਹਿੰਦੇ ਜੀ ਦੇਖੋ ਕਾਂਗਰਸ ਸੁੱਤੀ ਪਈ ਐ ਬਹੁਤ ਚੰਗੀ ਲੀਡਰ ਬੀਬੀ ਸੁਸ਼ਮਤਾ ਦੇਵ ਸਾਡੀ ਉਹ ਤ੍ਰਣામੂਲ ਕਾਂਗਰਸ ਦੇ ਵਿੱਚ ਚਲੇਗੀ ਸਾਡੇ ਲੀਡਰ ਕਰਦੇ ਕੀ ਆ ਕੰਮ ਕਿਉਂ ਨਹੀਂ ਕਰਦੇ ਸਾਡੇ ਵਰਕਰ ਸਾਡੇ ਨੌਜਵਾਨ ਆਗੂ ਸਾਨੂੰ ਛੱਡ ਛੱਡ ਕੇ ਕਿਉਂ ਜਾਈ ਜਾਂਦੇ ਆ ਹੋਰ ਦੇਖੋ ਰਣਦੀਪ ਸੂਰਜੇ ਵਾਲਾ ਤਰਜਮਾਨ ਨਹੀਂ ਸਪੋਕਸਪਰਸਨ ਨੇ ਕਾਂਗਰਸ ਦੇ ਉਹ ਕਹਿੰਦੇ ਜੀ ਮੈਨੂੰ ਦੁੱਖ ਹੋਇਆ ਸਾਡੇ ਕੋਲੇ ਸਤੀਫਾ ਤਾਂ ਨਹੀਂ ਉਹਨਾਂ ਦਾ ਪਹੁੰਚਾ ਪਰ ਬਹੁਤ ਚੰਗੀ ਮਿਹਨਤੀ ਬੀਬੀ ਚੰਗਾ ਕੰਮ ਕਰਨ ਵਾਲੀ ਬੀਬੀ ਸੀ ਇੱਕ ਵਾਰੀ ਵੀ ਨਹੀਂ ਕਿਹਾ ਕਿ ਟਿਕਟ ਨਹੀਂ ਦੇਣੀ ਸੀ ਜੀ ਫਲਾਨਾ ਹੋ ਗਿਆ ਜੀ ਉਹ ਪੁੱਤਰ ਮੋਜ ਫਸ ਗਈ ਜੀ ਕੁਝ ਵੀ ਨਹੀਂ ਕਿਹਾ ਹੂੰ ਇਹਦਾ ਮਤਲਬ ਹੈ ਕਿ ਬਹੁਤ ਵੱਡਾ ਨੁਕਸਾਨ ਕਾਂਗਰਸ ਪਾਰਟੀ ਦਾ ਹੋਇਆ ਤੇ ਇਸ ਵੇਲੇ ਇੱਕ ਪਾਸੇੋਂ ਵਸਤੇ ਵਿੱਚੋਂ ਸਵਾਰੀਆਂ ਉਤਰ ਉਤਰ ਕੇ ਦੂਜੀ ਵਸਤੇ ਬੈਠੀ ਜਾਂਦੀਆਂ ਕਾਂਗਰਸ ਨੂੰ ਸੋਚਣਾ ਚਾਹੀਦਾ ਇਹ ਕਾਂਗਰਸ ਨੂੰ ਕਹਦਾ ਸੋਚਣਾ ਚਾਹੀਦਾ ਉਹ ਤਾਂ ਪਿਛਲੇ ਦਿਨੀ ਬਿਆਨ ਦਿੱਤਾ ਸੀ ਉਹਨੇ ਜੇ ਨਹੀਂ ਦਿੱਤਾ ਮੈਂ ਚੇਤੇ ਕਰਾ ਦਿੰਦਾ ਅੱਛਾ ਵੀ ਜਿੰਨੇ ਜਾਣਾ ਜਾਓ ਆਓ ਰਾਹੁਲ ਗਾਂਧੀ ਸਾਹਿਬ ਨੇ ਤੇ ਕਲੀਅਰ ਹੀ ਕਹਦਾ ਹੈ ਕਹਿੰਦਾ ਦੇਖੋ ਗੱਲ ਇਹ ਹੈ ਵੀ ਜਿੰਨੇ ਜਾਣਾ ਨਾ ਜਿੰਨੂੰ ਕੋਈ ਬਹੁਤ ਹੀ ਤੰਗੀ ਹੈ ਤੇ ਉਹ ਜਾਓ ਕਹਿੰਦੇ ਮੈਨੂੰ ਲੋੜ ਨਹੀਂ ਵੀ ਸਾਡੇ ਕੋਲ ਥਾਂ ਅੱਗੇ ਥੋੜੀ ਸਾਡੇ ਕੋਲੇ ਬਹੁਤ ਐਮਐਲ ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ ਉਹ ਇਹ ਤਾਂ ਵਾਕ ਹੀ ਦਾ ਵੀ ਵੀਰ ਜਿਹੇ ਦੀ ਗੱਲ ਹੀ ਸੁਣ ਲਓ ਉਹ ਜਾਣੇ ਕੋ ਮੀਟਿੰਗ ਕਰ ਲਓ ਕੋ ਥੋੜੀ ਬਹੁਤ ਆਪਾਂ ਵਿਚਾਰ ਕਰ ਲਈ 135 36 ਸਾਲ ਪੁਰਾਣੀ ਪਾਰਟੀ ਆ ਤੁਸੀਂ ਤੇ ਜਵੇਂ ਕਿ ਕੋਈ ਗੱਲਾਂ ਘਰ ਦੀ ਪਾਰਟੀ ਆ राजे ਕੋਈ ਗੱਲਾਂ ਗੰਢੇ ਘੱਟਣ ਲੱਗੇ ਤੁਸੀਂ 10 ਮਿੰਟ ਬਾਅਦ ਆਇਓ ਇਦਾਂ ਥੋੜਾ ਹੁੰਦਾ ਹੁਣ ਮੇਰੇ ਖਿਆਲ ਨਾਲ ਇਹ ਇਹ ਜਿਹੜੀ ਚਰਚਾ ਅਸੇ ਪਾਸੇ ਬਾਰ ਬਾਰ ਹੁੰਦੀ ਪਈ ਆ ਇਹ ਕਾਂਗਰਸ ਪਾਰਟੀ ਮਹਿਸੂਸ ਕਰ ਲਈ ਤੇ ਵਧੀਆ ਗੱਲ ਆ ਨਹੀਂ ਤੇ ਮੈਨੂੰ ਇਹ ਵੀ ਜਾਪਦਾ ਵੀ ਜਿਹੜੀਆਂ ਬਾਹਰਲੀ ਕਾਂਗਰਸ ਵਿਰੋਧੀ ਪਾਰਟੀਆਂ ਉਹਨਾਂ ਨਾਲ ਬੜੀ ਕਲੀਅਰ ਕੱਟ ਮਹਿਸੂਸ ਕਰ ਲਈ ਆ ਵੀ ਬੰਦਾ ਲਭੋ ਕਿਹੜਾ ਚੋਟੀ ਦਾ ਉਹ ਕੱਲ ਤਾਂ ਤੁਹਾਡੀ ਠੀਕੋ ਹੀ ਹੋਇਆ ਹੁਣ ਨਹੀਂ ਇਦਾਂ ਹੀ ਆ 100% ਦੀ ਇਦਾਂ ਹੀ ਹੁਣ ਤਾਂ ਕੰਮ ਚੱਲਣ ਲੱਗ ਪਿਆ ਬਾਕੀ ਸੰਧਾਲੀਆ ਸਾਹਿਬ ਇਹ ਤਾਂ ਹੁਣ ਕਾਂਗਰਸ ਪਾਰਟੀ ਦੇ ਲੀਡਰ ਜਾਣਣ ਉਹਨਾਂ ਦੇ 22 23 24 ਬੰਦੇ ਮੀਟਿੰਗਾਂ ਕਰ ਕਰਕੇ ਕਹਿ ਕਹਿ ਕੇ ਥੱਕ ਗਏ ਇੱਕ ਅਧਿਆਰੀ ਮੀਟਿੰਗ ਦੇ ਵਿੱਚ ਉਹਨਾਂ ਦਾ ਸਿਰ ਪਲੋਸ ਦਿੰਦੇ ਆ ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਹੁਣ ਕਹਿੰਦੇ ਆ ਬੀਬੀ ਪ੍ਰਿਆੰਕਾ ਗਾਂਧੀ ਨੂੰ ਮੁੱਖ ਮੰਤਰੀ ਦਾ ਦਾਵੇਦਾਰ ਬਣਾਓ ਪ੍ਰਚਾਰ ਫੇਰ ਤੇਜ਼ ਹੋਣਾ ਦੋ ਲੀਡਰ ਪਤਾ ਲੱਗਾ ਹੋਰ ਕਾਂਗਰਸ ਪਾਰਟੀ ਛੱਡ ਕੇ ਜਾਣ ਨੂੰ ਤਿਆਰ ਬੈਠੇ ਆ ਸਥਿਤੀਆਂ ਕੁਲਮਣਾ ਪ੍ਰਸ਼ਾਂਤ ਕਸ਼ੋਰ ਨੂੰ ਛੱਡ ਕੇ ਭਾਵੇਂ ਜਿਹਨੂੰ ਮਰਜ਼ੀ ਲੈਉਣ ਫਿਰ ਕਮ ਸੂਤਰ ਨਹੀਂ ਆਉਣਾ ਜੇ ਥੋੜੀ ਅਗਿਆ ਹੋਵੇ ਕਿਸਾਨ ਮੁਰਚੇ ਚਲ ਚਲੀਏ ਨਹੀਂ ਜੀ ਮੇਰੀ ਅਗਿਆ ਦਾ ਕੋਈ ਲੈਣਾ ਦੇਣਾ ਨਹੀਂ ਮੈਂ ਕਿਹਾ ਲੀਡਰ ਤੁਸੀਂ ਕਿਹਾ ਸੀ ਨਾ ਕਿ ਇਹ ਦੇਖੋ ਜੀ ਅਮੀਰੀ ਹੁੰਦੀ ਹੈ ਲੀਡਰਾਂ ਦੀ ਬੰਦਾ ਚੁੱਪਚ ਵੀ ਤੇ ਆਪਣੇ ਆਪ ਨੂੰ ਅਮੀਰ ਕਹਿ ਜਾਂਦਾ ਨਹੀਂ 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 ਮੈਂ ਤਾਂ ਕਿਹਾ ਵੀ ਜਿੱਦਨ ਮੈਂ ਅਮੀਰ ਹੋ ਗਿਆ ਮੈਂ ਲੀਡਰ ਬਣਨਾ ਮੈਂ ਇਹ ਨਹੀਂ ਕਿਹਾ ਮੈਂ ਕਿਹਾ ਵੀ ਮੈਂ ਬਣਾਗਾ ਆ ਵੀ ਤੁਹਾਡਾ ਭੁਲੇਖਾ ਹੈ ਕਿ ਅਮੀਰ ਹੋ ਕੇ ਲੀਡਰ ਬਣ ਜਾਂਦਾ ਅਮੀਰ ਹੋਣ ਲਈ ਲੀਡਰ ਬਣ ਜਾਂਦਾ ਆਹ ਰੋਣ ਥੋੜਾ ਬਹੁਤ ਬਿਆਨ ਦੇ ਵੇਲੇ ਗੋਲ ਵੀ ਕਰਨਾ ਦੇਖੋ ਕਿਸਾਨਾਂ ਦੀ ਗੱਲ ਆਪਾਂ ਕਰੀਏ ਦੇਖੋ ਐਤਕੀ ਜਿਹੜਾ ਉਹਨਾਂ ਨੇ 15 ਅਗਸਤ ਦੇ ਉੱਪਰ ਜਿਹੜਾ ਆਪਣਾ ਸਮਾਗਮ ਰੱਖਿਆ ਉਹ ਇੱਕ ਮੇਰੇ ਖਿਆਲ ਨਾਲ ਜੇ ਆਪਾਂ ਬਹੁਤ ਗੂੜ ਗਿਆਨ ਵਾਲੀ ਸਿਆਸਤ ਕਹੀਏ ਨਾ ਉਹ ਵਿਖਾਈ ਇੱਕ ਤਰ੍ਹਾਂ ਦੀ ਹੋ ਸਕਦਾ ਵੀ ਬੰਦਾ ਸੋਚੇ ਵੀ ਯਾਰ ਉਹ ਤੇ ਅੰਦੋਲਨਕਾਰੀ ਬੰਦੇ ਆ ਪ੍ਰੈਸ਼ਰ ਗਰੁੱਪ ਆ ਇੱਕ ਉਹਨਾਂ ਦੀ ਆਪਣੀਆਂ ਮੰਗਾਂ ਰੋਦੇ ਫਿਰਦੇ ਰੁਲਦੇ ਫਿਰਦੇ ਉਹ ਸਿਆਸਤ ਥੋੜਾ ਕਰਦੇ ਪਰ ਕਾਰਨ ਹੈ ਕਿ ਜੇ 8.5 ਮਹੀਨਿਆਂ ਤੋਂ ਉਹ ਚੀਜ਼ ਇੱਕ ਅੰਦੋਲਨ ਦੇ ਰੂਪ ਚ ਚੱਲਦੀ ਪਈ ਆ ਉਹ ਵੀ ਜਿਵੇਂ ਬਰੂਹ ਚ ਚੱਲਦੀ ਵੀ ਆ ਬੈਠਿਆਂ ਦੱਸੋ ਕੀ ਕਰਨਾ ਤੇ ਉਹ ਸਵਾਇ ਸਿਆਸਤੋਂ ਨਹੀਂ ਹੋ ਸਕਦਾ ਸੰਧਾਲੀ ਸਾਹਿਬ ਗੱਲ ਤੁਹਾਡੀ ਠੀਕ ਹੈ ਹੁਣ 26 ਤਰੀਕ ਵੀ ਆ ਰਹੀ ਹੈ ਹਰ ਮਹੀਨੇ ਦੀ 26 ਤਰੀਕ ਨੂੰ ਕਿਉਂਕਿ ਉਹਨਾਂ ਦਾ ਦਿੱਲੀ ਬੈਠਿਆਂ ਦਾ 1 ਮਹੀਨਾ ਹੋਰ ਵੱਧ ਜਾਂਦਾ ਉਹਦੇ ਲਈ ਇੱਕ ਵਿਸ਼ੇਸ਼ ਸਮਾਗਮ ਦੀ ਤਿਆਰੀ ਹੈ ਪਰ ਉਹਦੇ ਤੋਂ ਪਹਿਲਾਂ ਆ ਜਿਹੜਾ ਆਜ਼ਾਦੀ ਦਿਹਾੜਾ ਸੀ ਇਹਦੇ ਉੱਤੇ ਤੁਹਾਡੀ ਗੱਲ ਠੀਕ ਹੈ ਕਿਉਂਕਿ ਜਦੋਂ ਭਾਰਤੀ ਜਨਤਾ ਪਾਰਟੀ ਨੇ ਕਹਿਤਾ ਸੀ ਕਿ ਤਿਰੰਗਾ ਯਾਤਰਾ ਕਰਾਂਗੇ ਉਨਾ ਸੂਬਿਆਂ ਦੇ ਵਿੱਚ ਸਭ ਤੋਂ ਵੱਧ ਜ਼ੋਰ ਸੀ ਜਿੱਥੇ ਬੀਜੇਪੀ ਦਾ ਕਿਸਾਨ ਆਗੂ ਵਿਰੋਧ ਕਰਦੇ ਸੀ ਹਰਿਆਣਾ ਪੰਜਾਬ ਯੂਪੀ ਕਿ ਭਾਈ ਹੁਣ ਵਿਰੋਧ ਕਰਿਓ ਜੇ ਵਿਰੋਧ ਕਰੋਗੇ ਦੂਜੇ ਪਾਸੇ ਜਿਹੜਾ ਪੰਜ ਸੱਤ ਵਾਰੀ ਬਿਆਨ ਦੇ ਕੇ ਇੰਟਰਵਿਊਜ਼ ਦੇ ਕੇ ਬਾਰ-ਬਾਰ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਕਿਸਾਨਾਂ ਨੇ ਸੁਨੇਹੇ ਭੇਜੇ ਕਿ ਭਾਈ 15 ਅਗਸਤ ਨੂੰ ਵਿਰੋਧ ਕਰਿਓ ਭਾਈ ਤਿਰੰਗਾ ਯਾਤਰਾ ਦੇ ਨਾਲ ਵਿਰੋਧ ਕਰਿਓ ਦੇਸ਼ ਦਾ ਝੰਡਾ ਕੋਈ ਵੀ ਬੰਦਾ ਭਾਜਪਾ ਦਾ ਜਾਂ ਕਿਸੇ ਦਾ ਉਹਨੂੰ ਜਾਣ ਦਿਓ ਸਗੋਂ ਬਰਾਬਰ ਜਿਹੜੀ ਗੱਲ ਕਰਦੇ ਆਖ ਤਾਂ ਉਹ ਚੁੱਪ ਕਰਕੇ ਬਿਠਰੇ ਨੇ ਲੰਘਦੇ ਆ ਉਹ ਕਹਿੰਦੇ ਕੁਛ ਨਹੀਂ ਤੁਸੀਂ ਬਲਾਕ ਤੇ ਤਹਿਸੀਲ ਪੱਦਰ ਦੇ ਉੱਤੇ ਆਪਦੇ ਵਹੀਕਲ ਲੈ ਜਾਣੇ ਆ ਤਿਰੰਗਾ ਝੰਡਾ ਲਾਉਣਾ ਇਹ ਨਾਲ ਕਿਸਾਨੀ ਦਾ ਝੰਡਾ ਲਾਉਣਾ ਆਪਦੇ ਮਾਰਚ ਕਰੋ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿੰਨੇ ਮੋਰਚੇ ਲੱਗਿਆ ਉੱਥੇ ਤਿਰੰਗੇ ਝੰਡੇ ਚੁਲਾਏ ਗਏ ਬਲਵੀਰ ਸਿੰਘ ਰਾਜੀਵਾਲ ਸਾਹਿਬ ਖਟਕੜਕਲਾ 아이ਸ਼ੀ ਤੇ ਅਜ਼ਮ ਭਗਤ ਸਿੰਘ ਹੋਰਾਂ ਦੇ ਪਿੰਡ ਉਹਨਾਂ ਨੇ ਇੱਥੇ ਆ ਕੇ ਝੰਡਾ ਚਲਾਇਆ ਕਿਉਂਕਿ ਦੋਆਬਾ ਕਿਸਾਨ ਕਮੇਟੀ ਜਿਹੜੀ ਹੈ ਉਹਨਾਂ ਨੇ ਇੱਥੇ ਇਕੱਠ ਰੱਖਿਆ ਸੀ ਬਾਵਾ ਵੱਡਾ ਪੰਜਾਬ ਚ ਹਰਿਆਣੇ ਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਤਿਰੰਗਾ ਯਾਤਰਾ ਕਿਸਾਨਾਂ ਨੇ ਕੱਢੀ ਇਸੇ ਕਰਕੇ ਜੇ ਕਿਤੇ ਭਾਜਪਾ ਦੀ ਤਿਰੰਗਾ ਯਾਤਰਾ ਦਾ ਵਿਰੋਧ ਕਰਦੇ ਸਾਰੇ ਦੇਸ਼ ਖਬਰਾਂ ਕਿ ਜਾਨੀਆਂ ਸੀ ਮੀਡੀਆ ਦੇ ਅਖੇਸੇ ਨੇ ਰੌਲਾ ਕੀ ਪਾਉਣਾ ਸੀ ਹੁਣ ਬਰਾਬਰ ਖਬਰਾਂ ਲੱਗੀਆਂ ਕਿ ਕਿਸਾਨਾਂ ਨੇ ਬਾਰਡਰ ਦੇ ਉੱਤੇ ਮੋਰਚਿਆਂ ਦੇ ਉੱਤੇ ਟੋਲ ਪਲਾਜ਼ਿਆਂ ਦੇ ਉੱਤੇ ਆਪਣੀਆਂ ਯਾਤਰਾਵਾਂ ਦੇ ਵਿੱਚ ਤਿਰੰਗਾ ਝੰਡਾ ਲਾ ਕੇ ਇੱਕ ਵੀ ਖਬਰ ਉਦਾਂ ਦੀ ਨਹੀਂ ਜਿਹੜੀ ਕਿ ਖਿਲਾਫ ਜਾਂਦੀ ਹੋਵੇ ਜਿੱਦਾਂ ਇਹਨਾਂ ਅੰਦੋਲਨਾਂ ਦੇ ਸ਼ੁਰੂਆਤ ਚ ਕਿਹਾ ਗਿਆ ਸੀ ਤੇ ਉਹਦੇ ਤੋਂ ਵੀ ਵੱਡੀ ਗੱਲ ਤਾਮਿਲਨਾਡੂ ਪੰਜਾਬ ਤੋਂ ਦਿੱਲੀ ਤੋਂ ਹਰਿਆਣੇ ਤੋਂ ਬਹੁਤ ਦੂਰ ਦਾ ਸੂਬਾ ਉੱਥੋਂ ਸੈਂਕੜੇ ਕਿਸਾਨ ਆਏ ਕਈ ਦਿਨ ਪਹਿਲਾਂ ਦੇ ਤੁਰੇ ਕਿ ਭਾਈ ਦੇਸ਼ ਤੇ ਆਜ਼ਾਦੀ ਦਿਹਾੜੇ ਤੇ ਅਸੀਂ ਦਿੱਲੀ ਦੇ ਮੋਰਚਿਆਂ 'ਚ ਪਹੁੰਚਣਾ ਤੇ ਜਦੋਂ ਫਿਰ ਹਾਲਾਤ ਇਹ ਹੋਣ ਜਿੰਨੇ ਕਿਸਾਨਾਂ ਦੇ ਸੋਸ਼ਲ ਮੀਡੀਆ ਦੇ ਪੇਜ ਨੇ ਕਿਸਾਨ ਆਗੂਆਂ ਦੇ ਆਪ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਨੇ ਸਾਰਿਆਂ 'ਤੇ ਤਿਰੰਗੇ ਲੱਗੇ ਸੀ ਦੇਖੋ ਗੱਲ ਪਤਾ ਕੀ ਹੈ ਵੱਡਾ ਸਾਹਿਬ ਇਹ ਇਹ ਉਹੀ ਗੱਲ ਮੈਂ ਜਿੱਦਣਾ ਵੀ ਮल्ला ਅਗਲੇ ਦੀ ਸਿਆਸਤ ਨੂੰ ਸਮਝ ਕੇ ਸਿਆਸਤ ਨੂੰ ਸਿਆਸਤ ਦੇ ਤਰੀਕੇ ਨਾਲ ਕੱਟਣਾ ਇਹੋ ਹੀ ਤੇ ਕਾਮਯਾਬੀ ਹੁਣ ਜੇ ਮੰਨ ਲਓ ਸਮਾਗਮ ਅਗਲੇ ਨੇ ਰੱਖਿਆ ਉਹ ਕਹਿੰਦੇ ਨੇ ਵੀ ਯਾਰ ਰੋਕ ਕੇ ਫਿਰ ਜ਼ਿਲ੍ਹਾ ਲੈਵਲ ਦੇ ਉੱਪਰ ਰੱਖ ਲਓ ਹੁਣ ਜ਼ਿਲ੍ਹਾ ਇਹ ਕਹਿੰਦੇ ਜਿਹੜੇ ਜੀ ਤਹਿਸੀਲਾਂ ਕਿੰਨੀਆਂ ਹੁਣ ਸਵਾਲ ਤੇ ਉਹੀ ਹੈ ਨਾ ਵੀ ਜੇ ਖਬਰ ਬਣਾਉਣੀ ਹੈ ਅਗਲਾ ਕਹਿੰਦਾ ਸਰ ਸਾਡਾ ਸਮਾਗਮ ਕਹਿੰਦੇ ਤੁਸੀਂ ਇੱਕ ਕੀਤਾ ਕਹਿੰਦੇ ਉਹਨਾਂ ਕਹਿੰਦਾ ਉਹਨਾਂ 3600 ਸਮਾਗਮ ਕੀਤੇ ਕਿੱਦਾਂ ਖਬਰ ਰੋਕਦੀ ਐ ਦੱਸੋ ਕਮਾਨ ਕਿੰਨੀਆਂ ਅਗ ਰੋਕਦੀ ਐ ਦੱਸੋ ਤੁਸੀਂ ਕਮਾਲ ਕਰੀ ਜਾਂਦੇ ਤੁਸੀਂ ਕਹਿੰਦੇ ਉਹਨਾਂ ਦੀ ਖਬਰ ਕੋਲ ਨਾ ਹੈ ਖਬਰ ਤਾਂ ਲੱਗਣੀ ਐ ਹੂੰ ਹੂੰ ਹੁਣ ਮੇਰੇ ਖਿਆਲ ਨਾਲ ਇਹ ਇਹ ਜਿਹੜੀ ਇਸ ਹਸਾਬ ਦੀ ਸਿਆਸਤ ਆ ਜੇ ਇਸ ਹਸਾਬ ਦਾ ਕੋਈ ਅੰਦੂਲਨ ਦਾ ਢੰਗ ਤਰੀਕਾ ਰੰਗ ਰੋਗ ਨਾ ਉਤੋਂ ਇੱਕ ਗੱਲ ਤੇ ਕਲੀਅਰ ਹੋ ਗਈ ਵੀ ਅੱਜ ਕਰ ਲੈਣ ਕੱਲ ਕਰ ਲੈਣ ਪਰਸੋਂ ਕਰ ਲੈਣ ਮੁੱਦਾ ਗੱਲਬਾਤ ਦੇ ਨਾਲ ਟੇਬਲ ਤੇ ਲਿਆ ਕੇ ਹੱਲ ਕਰਨਾ ਪੈਂਦਾ ਜਿੱਦ ਨੇ ਮੰਤਰੀ ਮਲਦੀ ਗੇੜੀ ਬੈਠੀ ਕੀਤਾ ਪੰਜਾਬ ਵਾਲਿਆਂ ਨੇ ਨਹੀਂ ਉਹ ਤੇ ਕਲੀਅਰ ਕਰਤੀ ਸਾਰੀ ਗੱਲਬਾਤ ਉਹ ਕਹਿੰਦੇ ਟੈਨਸ਼ਨ ਨਹੀਂ ਕੋਈ ਨਹੀਂ ਹੈਗੀ ਬਸ ਤੁਸੀਂ ਵਾਅਦਾ ਦਿਓ ਕੋਈ ਬੰਦਾ ਕੱਚਾ ਨਹੀਂ ਰਹਿਣ ਦੇਣਾ ਕੋਈ ਟੈਨਸ਼ਨ ਨਹੀਂ ਕਿਸ ਤਰ੍ਹਾਂ ਦੀ ਤੁਸੀਂ ਗੱਲ ਕਰੋ ਵੀ ਪੱਕੇ ਕਦੋਂ ਕਰਨਾ ਪੱਕੂ ਕਦੋਂ ਕਰਨਾ ਮੈਨੂੰ ਇਹ ਨਹੀਂ ਸਮਝ ਆ ਵੀ ਸਾਢੇ 4 ਸਾਲ ਜਿਹੜਾ ਕੋਟ-ਕੋਟ ਪੱਕੇ ਕਰਦੇ ਰਿਹਾ ਉਹ ਕਿਉਂ ਕੀਤਾ ਉਹਦੋਂ ਦੇ ਕਰ ਦਿੰਦੇ ਨਹੀਂ ਉਹਦੋਂ ਤਾਂ ਕਈ ਵਾਰ ਹੁੰਦੇ ਨਾ ਇੱਕ ਘੜਾ ਪਹਿਲਾਂ ਟਣਕਾ ਕੇ ਦੇਖਦੇ ਹੁੰਦੇ ਆ ਖੜਕਾ ਕੇ ਕਿ ਭਾਈ ਘੜਾ ਠੀਕ ਹੈ ਖੜਕਾ ਖੜਕਾ ਕੇ ਦੇਖਦੇ ਸੀ ਅੱਛਾ ਪੈ ਸਾਰੀਆਂ ਸਰਕਾਰਾਂ ਦੀਆਂ ਉਦੋਂ ਨਾਲ ਵੇਲਿਆ ਵੀ ਭਾਈ ਜੀ ਮੈਂ ਪੱਕੇ ਆ ਬਈ ਇਹਨ ਪੱਕੇ ਚੱਕ ਦਿਓ ਆਓ ਜਨਾਬ ਨੂੰ ਪੁੱਛਣਾ ਕਹਿੰਦਾ ਜਨਾਬ ਇਹ ਕਿਦਾਂ ਕਹਿੰਦੇ ਇਹ ਸਾਡੀਆਂ ਤਿੰਨ ਚਾਰ ਡਾਂਗਾ ਟੁੱਟੀਆਂ ਜੀ ਬੰਦੇ ਪੱਕੇ ਆ ਮੈਂ ਕਰੋ ਪੱਕੇ ਹਾਂ ਪੱਕੇ ਵੀ ਨਹੀਂ ਉਹ ਕਹਿੰਦੇ ਖੁਰਦੇ ਵੀ ਨਹੀਂ ਕਿਦਾਂ ਨਹਿਰਾ ਈ ਸ਼ਾਲਾ ਮਾਰੀਆਂ ਜੀ ਆਹ ਇਹ ਖੁਰਦੇ ਵੀ ਨਹੀਂ ਬੰਦੇ ਬਿਲਕੁਲ ਪੱਕੇ ਆ ਹਾਂ ਰੱਖੋ ਹਾਂ ਹੁਣ ਤੁਸੀਂ ਦੇਖੋ ਕਿ ਮੰਤਰੀ ਮੰਡਲ ਦੀ ਬੈਠਕ ਕੋਈ ਕੈਪਟਨ ਸਾਹਿਬ ਵੀਡੀਓ ਕਾਨਫਰੰਸ ਤੇ ਰਹੀ ਬੇ ਸ਼ਾਮਲ ਹੋਏ ਉਹ ਕਹਿੰਦੇ ਜੀ ਆ ਲਾਓ ਆ ਕਰ ਦਿੱਤਾ ਹੀ ਨਿਯਮ ਬਣਾਤਾ ਹੀ ਤਿੰਨ ਤਿੰਨ ਸਾਲ ਜਿਨ੍ਹਾਂ ਨੂੰ ਹੋ ਗਿਆ ਸਰਕਾਰੀ ਵਿਭਾਗਾਂ 'ਚ ਕੰਮ ਕਰਦੇ ਨੂੰ ਪੱਕੇ ਕਰ ਦਿਓ ਵੈਸੇ ਅਸਲੀ ਗਿਣਤੀ ਉਦੋਂ ਪਤਾ ਲੱਗੂ ਜਦੋਂ ਨੋਟੀਫਿਕੇਸ਼ਨ ਜਾਰੀ ਹੋ ਕੇ ਕਿ ਕਿਹੜੇ ਕਿਹੜੇ ਅਧਿਆਪਕ ਆਉਂਦੇ ਆ ਕਲਰਕ ਆਉਂਦੇ ਆ ਕਿਹੜੇ ਕਿਹੜੇ ਮਹਿਕਮੇ ਦੇ ਕਿਹੜੇ ਬੰਦੇ ਆਉਂਦੇ ਆ ਵੈਸੇ ਤਾਂ ਸਫਾਈ ਕਰਮਚਾਰੀਆਂ ਦੀਆਂ ਆਪਣੀਆਂ ਮੰਗਾਂ ਹੋਰ 20 ਬੰਦੇ ਨੇ ਜਿਹੜੇ ਐਂਬੂਲੈਂਸ ਡਰਾਈਵਰ ਨੇ ਉਹਨਾਂ ਦੀਆਂ ਆਪਣੀਆਂ ਮੰਗਾਂ ਮੀਟਰ ਰੀਡਰ ਜਿਹੜੇ ਉਹਨਾਂ ਦੀਆਂ ਕੌਣ ਆਉਂਦਾ ਵਿੱਚ ਉਹ ਨੋਟੀਫਿਕੇਸ਼ਨ ਦੇ ਆਏ ਤੇ ਪਤਾ ਲੱਗੂ ਪਰ ਜਿਹੜਾ ਸੰਘਰਸ਼ ਕਿ ਜਦਾਂ ਅੰਬ ਦੇ ਬੂਟੇ ਨੂੰ ਬੂਰ ਪੈਣ ਲੱਗ ਪੈਂਦਾ ਨਾ ਉਹਨੂੰ ਥੋੜਾ ਥੋੜਾ ਬੂਰ ਜਿਹੜਾ ਉਹ ਪੈਣ ਲੱਗ ਪਿਆ ਪਰ ਲਾਲ ਲਕੀਰ ਵਾਲੇ ਬੰਦੇ ਜਿਹੜੇ ਆ ਉਹਦੇ ਲਈ ਵੀ ਕਹਿੰਦੇ ਹੁਣ ਅਸੀਂ ਉਹ ਨਿਯਮ ਬਣਾਉਂਦੇ ਆ ਕਿ ਲਾਲਕੀਰ ਜਿਹੜੀ ਅੰਦਰ ਪ੍ਰਾਪਰਟੀ ਹੈ ਉਹਨੂੰ ਤੁਸੀਂ ਹਲਾਜਲਾ ਸਕਦੇ ਆ ਪਹਿਲਾਂ ਵਾਲੀ ਗੱਲ ਕੋਈ ਨਹੀਂ ਜੇ ਬਪ ਗੱਲ ਤੇ ਆ ਨਾ ਵੀ ਪ੍ਰਾਪਰਟੀ ਦਾ ਰੇਟ ਕਿੱਥੇ ਆ ਹਾਂ ਨਹੀਂ ਕਿਰੀ ਲਾਜਲਾ ਕਿਧਰੋਂ ਜਾਣ ਉਹੀ ਤੇ ਗੱਲ ਆ ਨਾ ਹੁਣ ਇਹ ਹਾਲਾਤ ਕਿੰਨੇ ਬਣਾਏ ਇਹ ਵੀ ਮੇਰੇ ਖਿਆਲ ਨਾਲ ਕਿਤੇ ਵਿਚਾਰ ਚਰਚਾ ਕਰਨੀ ਚਾਹੀਦੀ ਜਦੋਂ ਮੈਨੂੰ ਯਾਦ ਹੈ 17 ਦੇ ਵਿੱਚ ਜਦੋਂ ਇਹ ਕੈਪਟਨ ਸਾਹਿਬ ਦੇ ਆਉਣ ਸਭ ਤੋਂ ਵੱਧ ਜੇ ਬੰਦੇ ਆਸਵੰਦ ਸੀ ਨਾ ਉਹ ਬੰਦੇ ਆਸਵੰਦ ਸੀ ਜਿਨ੍ਹਾਂ ਨੇ ਸ਼ੀਸ਼ੇ ਦੇ ਬਾਹਰ ਲਿਖਾਇਆ ਦਾ ਪਲਾਟ ਹੀ ਪਲਾਟ ਜੀ ਪ੍ਰਾਪਰਟੀ ਡੀਲਰ ਵਿਚਾਰੇ ਆਪਣੇ ਭਰਾ ਉਹ ਯਾਰ ਇਹ ਵਾਧਾ ਨਹੀਂ ਹੁੰਦੀਆਂ ਇਹ ਜਦੋਂ ਕੈਪਟਨ ਹੋਣੀ ਪਹਿਲਾਂ ਆਏ ਆ ਨਾ ਉਦੋਂ ਬੜੇ ਫੇਰ ਰੇਟ ਵਧੇ ਉਹ ਵਿਚਾਰੇ ਜਿਉਂ 17 ਦੀ ਸਰਕਾਰ ਬਣਾ ਕੇ ਡੀਕੰਡੇ ਵਧਿਆ ਕੁਝ ਨਹੀਂ ਕਹਿੰਦੇ ਕੁਝ ਵਧਿਆ ਨਹੀਂ ਥੋੜਾ ਜਿਹਾ ਵਧਿਆ ਕਿ ਨਹੀਂ ਨਹੀਂ ਕਹਿੰਦੇ ਅੱਗੇ ਨਵੇਂ ਕੱਟ ਗਏ ਹੁਣ ਉਹ ਲਾਲ ਲਕੀਰ ਪੀਲੀ ਲਕੀਰ ਹਰੀ ਲਕੀਰ ਜਿਹੜੀ ਮਰਜ਼ੀ ਲਕੀਰ ਕੱਢੀ ਫਿਰ ਕੋਈ ਫਾਇਦਾ ਤੇ ਹੋਇਆ ਨਹੀਂ ਪਰ ਇਹਨਾਂ ਜ਼ਰੂਰ ਹੈ ਇਹ ਗੱਲ ਨਹੀਂ ਮੈਨੂੰ ਸਮਝ ਆਈ ਅੱ ਇਹ ਕਹਿੰਦੇ ਕਾਨੂੰਨ ਬਣ ਗਿਆ ਇਹ ਪੱਕਾ ਆਰਡਰ ਚਲੇ ਗਿਆ ਵੀ ਪੰਜਾਬ ਦੇ ਵਿੱਚ ਜਿਹਨੇ ਐਂਟਰੀ ਕਰਨੀ ਆ ਜਾਂ ਤੇ ਉਹ ਫੁਲੀ ਵੈਕਸੀਨੇਟਡ ਹੋਵੇ ਜਾਂ ਉਹਦੇ ਕੋਲੇ ਕਰੋਨਾ ਨੈਗੇਟਿਵ ਰਿਪੋਰਟ ਹੋਵੇ ਕਿ ਮੈਨੂੰ ਕਰੋਨਾ ਨਹੀਂ ਆ ਜੀ ਪਰ ਉਹ ਵੀ ਮਹੀਨਾ ਬਰਾਂ ਨਹੀਂ ਚਾਹੀਦੀ ਹਾਂ ਨਹੀਂ ਤਾਜੀ ਤਤੀ ਜਿਹਨੂੰ ਹੱਥ ਨਾ ਲੱਗਦਾ ਹੋਵੇ ਜਲੇਬੀਆਂ ਵਾਂਗ ਹਾਂ ਚਿਮਟੇ ਨਾਲ ਦਿਖਾਉਣੀ ਆ ਹਾਂ ਸਵਾਲ ਇਹ ਆ ਵੀ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਪੰਜਾਬ ਚ ਕਿਹੜਾ ਹਰੇਕ ਨੇ ਵੀਜ਼ਾ ਲੈ ਕੇ ਆਉਣਾ ਜਦੋਂ ਕਹਿੰਦੇ ਵੀ ਸੜਕੀ ਰਸਤੇ ਰੇਲ ਰਸਤੇ ਹਵਾ ਰਸਤੇ ਮੈਂ ਕਹਿੰਦਾ ਵੀ ਸੜਕ ਰਸਤਾ ਵੀ ਹੋ ਗਿਆ ਰੋਕ ਲੋਂਗੇ ਹਵਾਈ ਯਾੜਾ ਵੀ ਰੋਕ ਲੋਂਗੇ ਟ੍ਰੇਨ ਵੀ ਚਲੋ ਪਤਾ ਲੱਗੀ ਯਾਰ ਪੰਜਾਬ ਤੇ ਵਟੇ ਵਟ ਤੁਰਿਆ ਫਿਰਦਾ ਉਹਦਾ ਕੀ ਕਰਨਾ ਇਨੇ ਸੰਦਾਲੇ ਸਭ ਰੋਕ ਲੈਣਾ ਹੀ ਦੇਖੋ ਤੁਸੀਂ ਜਿਹੜੀ ਚੀਜ਼ ਨੂੰ ਕਹਿਣਗੇ ਸਾਰੀਆਂ ਸਰਕਾਰਾਂ ਪੰਜਾਬ ਦੀਆਂ ਜੇ ਉਹ ਕਹਿੰਦੇ ਨਸ਼ਾ ਰੋਕਣਾ ਰੋਕਿਆ ਕਿ ਨਹੀਂ ਰੋਕਿਆ ਹਨ ਉਹ ਤੇ ਬੜੇ ਚਿਰ ਦੇ ਰੁਕਿਆ ਨਹੀਂ ਇਹ ਜਰੇਤਾ ਰੂਤਾ ਲੈ ਜਾਂਦੀ ਰੋਕਣੀ ਰੁਗੀ ਕਿ ਨਹੀਂ ਰੁਕੀ ਬੰਦੀ ਆ ਉਹਦੇ ਨੂੰ ਉਹ ਕਹਿੰਦੇ 2 ਨੰਬਰ ਦੀ ਸ਼ਰਾਬ ਕਿਤੇ ਤੁਰ ਕੇ ਦੇਖੇ ਰੁਕਿਆ ਕਿ ਨਹੀਂ ਰੁਕਿਆ ਨਕਲੀ ਖਾਦ ਨਕਲੀ ਬੀਜ ਨਕਲੀ ਦਵਾਈਆਂ ਰੋਕੇ ਕਿ ਨਹੀਂ ਰੋਕੇ ਹਿੱਲੇ ਹੀ ਨਹੀਂ ਮੈਨੂੰ ਹਾਂ ਤੁਸੀਂ ਦੇਖੋ ਕਿ ਜਿਹੜੇ ਆਮ ਇਨਸਾਨਾਂ ਦੇ ਲਈ ਦਵਾਈਆਂ ਨਕਲੀ ਕਿਤੇ ਆਈ ਰੋਕੀ ਕਿ ਨਹੀਂ ਰੋਕੀ ਆ ਉਹ ਤੇ ਬੱਸਾਂ ਪੁੱਸਾਂ ਜੇ ਰੋਕਦੀਆਂ ਕਹਿੰਦੇ ਜਾਨੀ ਜਾਰੀ ਜੁੜੀ ਜੁੜਾ ਪਰਮਣਟ ਤੋਂ ਨਹੀਂ ਇੱਕ ਪਰਮਣਟ ਤੇ ਦੋ ਦੋ ਨਹੀਂ ਜੇ ਉਹ ਰੋਕ ਸਕਦੇ ਆ ਤੇ ਇਹ ਕਰੋਨਾ ਵਾਲੇ ਬੰਦੇ ਵੀ ਵੈਸੇ ਅਸੀਂ ਫੇਰੇ ਕਹਿੰਨੇ ਆ ਕਿ ਭਾਈ ਬਚ ਕੇ ਰਹੁ ਜਿੰਨਾ ਇਤਿਹਾਤ ਥੋੜੀ ਜਿੰਨੀ ਵਰਤ ਸਕਦੇ ਵਰ ਹਾਂ ਇਹਨਾਂ ਨੂੰ ਕੋਈ ਨਹੀਂ ਰੈਲੀਆਂ ਰੂਲੀਆਂ ਕਰੀ ਜਾਂਦੇ ਇਹਨਾਂ ਦੇ ਇਕੱਠਾ-ਕੁੱਠਾ ਦਾ ਕੋਈ ਨਹੀਂ ਉਹ ਕਰੋਨਾ ਪ੍ਰੂਫ ਨੇ ਹਾਂ ਜਿਹੜੇ ਕਰੋਨੇ ਨੂੰ ਦੱਸਦੇ ਨੇ ਚਿੱਠੀ ਇੱਕ ਦਿਨ ਪੇਟਣਗੇ ਕਹਿੰਦੇ ਇਹ ਕੱਲ ਨੂੰ ਅਸੀਂ ਰੈਲੀ ਕਰ ਰਹੇ ਹਾਂ ਤੁਸੀਂ ਕਿਰਪਾ ਕਰਕੇ ਆਪਣੇ ਕਰੋਨਾ ਨੂੰ ਰੂਟ ਇਸ਼ਤਿਹਾਰ ਨਾਲ ਕਿ ਦਸ਼ਪਾ ਦੇ ਜਿੱਦਾਂ ਕਹਿੰਦੇ ਆਵਾਜ਼ੀ ਦੇ ਬਦਲੇ ਵਿੱਚ ਰੂਟਾਂ ਦਾ ਕਰੋਨਾ ਲਈ ਪ੍ਰਬ कोरोना ਵੀ ਘੇਰੇ ਘੇਰੇ ਆਉਂਦਾ ਨਾ ਉਹ ਕਹਿੰਦਾ ਨਾ ਇਧਰ-ਉਧਰ ਤੁਰਿਆ ਜਾਣਾ ਕਹਿੰਦਾ ਯਾਰ ਇਧਰ ਰੈਲੀ ਹੈ ਨਾ ਫਿਰ ਮੈਨੂੰ ਕਹਿੰਦੇ ਇਹ ਬਾਈਪਾਸ ਚੱਲ ਬਾਈਪਾਸ ਚੱਲੇ ਮੈਂ ਫਿਰ ਬਾਈਪਾਸ ਚੱਲੇ ਕਿੱਧਰ ਚੱਲ ਮੈਂ ਸਬਜੀ ਮੰਡੀ ਚੱਲਿਆ ਕਹਿੰਦਾ করোনা ਵੀ ਹੋ ਸਕਦਾ ਕਿ ਜਿੱਦਣ ਰੈਲੀ ਹੋਵੇ 4 ਘੰਟੇ ਪਹਿਲਾਂ ਚੱਲਦਾ ਹੈ ਬਾਕੀ ਕਹਿੰਦੇ ਉਹ ਅੱਜ ਲੈ ਪਹਿਲੇ ਚੱਲਿਆਂ ਉਹ ਅੱਜ ਯਾਰ ਉੱਥੇ ਰੈਲੀ ਆ ਮੈਨੂੰ ਪਤਾ ਲਾ ਕਿਰ ਜਾਮ ਲਾ ਜਾਂਦਾ ਹੁੰਦਾ ਉਹ ਆਪਣੇ ਵੀ ਹੁਣ ਜਾਣ ਦਾ ਵੇਲਾ ਹੋ ਗਿਆ ਪਰ ਜਾਂਦੇ ਜਾਂਦੇ ਆਪਾਂ ਇੱਕ ਚੀਜ਼ 'ਤੇ ਧਿਆਨ ਦਿਵਾ ਦਈਏ ਜੀ ਕਿ ਵੀ ਪੰਜਾਬ ਦੇ ਮੁੱਦੇ ਮਸਲੇ ਯਾਦ ਰੱਖਿਓ ਕਿਉਂਕਿ ਇਸ ਵਕਤ ਜਿਹਾ ਉਹਨਾਂ ਸਿਆਸਤਦਾਨ ਇੱਕ ਦੂਸਰੇ 'ਤੇ ਪਰਸਨਲ ਹਮਲੇ ਕਰਨ ਕੇ ਗੱਲਾਂ ਕਰਨ ਲੱਗ ਪਏ ਤੇ ਫਿਰ ਹੌਲੀ-ਹੌਲੀ ਉਹਦੀਆਂ ਸਵਾਦ ਲੀਆਂ ਵੀਡੀਓਜ਼ ਬਾਹਰ ਆਉਣ ਲੱਗ ਪੀਆਂ ਤੇ ਬੰਦਾ ਇੱਕ ਦੂਜੇ ਨੂੰ ਖਾ ਗਿਆ ਉਹ ਤੇਰਾ ਪਲਾ ਜਿਉਂ ਨੇ ਪਤਾ ਕੀ ਆਖਾਈ ਆ ਲੈ ਸੋ ਨੀ ਇਹ ਨਾ ਕੰਮ ਹੋਵੇ ਸੰਧਾਲੀਆ ਸਭ ਬਚਣਾ ਚਾਹੀਦਾ ਰੈਲਿੰਗਾਂ ਵੀ ਹੋਣੀਆਂ ਰੋਡ ショ ਵੀ ਹੋਣੇ ਲੀਡਰਾਂ ਨੇ ਹੁਣ ਸਵਾਦ ਵਾਲੀਆਂ ਗੱਲਾਂ ਸੁਣਾਉਣੀਆਂ ਪਰ ਉਸ ਸਵਾਰਥ ਦੇ ਵਿੱਚ ਕਿਤੇ ਬਿਜਲੀ ਬੇਅਦਬੀ ਰੋਜ਼ਗਾਰ ਖੇਤੀ ਸੇਤ ਸਿੱਖਿਆ ਇਹ ਮੇਨ ਮੁੱਦੇ ਨਹੀਂ ਰੁਲਣਾ ਜਾਣਾ ਕਰ ਜ਼ਿਆਦਾ ਦੱਸ ਦਿਓ ਨਹੀਂ ਕਾਹਨੂੰ ਦੱਸਣਾ ਬੜੇ ਚਿਰ ਦਾ ਕਹਿੰਦੇ ਹੈ ਮਾਫ ਕਰਨਾ ਪਾ ਲੇ ਕਿਹੜਾ ਲੋਕਾਂ ਨੇ ਚੜਾਇਆ ਤੁਸੀਂ ਚੜਾਇਆ ਤੁਸੀਂ ਦੱਸੋ ਸਾਡੇ ਦੇ ਤੇ ਆਪ ਚੜਾਇਆ ਫਿਰ ਦਾ ਜੀ ਕੋਈ ਤਰੀਕਾ ਚਕਰੀਏ ਬਹੁਤ ਮਿਹਰਬਾਨੀ ਲੋ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਆਪਣੀ ਫੀਡਬੈਕ ਸਾਡ ਤੱਕ ਪੇਸ਼ ਕਰਦੇ ਰਹਿਆ ਕਰੋ ਦੇ ਇੱਕ ਤਰ੍ਹਾਂ ਆ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ